ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਆਪ ਜੀ ਨਾਲ ਹਾਜ਼ਰ ਹਾਂ। ਜਿਵੇਂ ਕਿ ਅਕਸਰ ਹੀ ਸਾਡੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਵਿਦਵਾਨਾਂ ਨੂੰ ਲਿਆ ਕੇ ਆਪ ਜੀ ਨਾਲ ਸਾਂਝ ਕਰਾਉਂਦੇ ਹਾਂ, ਉਸੇ ਲੜੀ ਦੇ ਵਿੱਚ ਅੱਜ ਇੱਕ ਵਾਰੀ ਫਿਰ ਮੇਰੇ ਨਾਲ ਡਾਕਟਰ ਜਗਜੀਤ ਸਿੰਘ ਗਰੇਵਾਲ, ਜਿਹੜੇ ਕਿ ਸਪਿਰਚੁਅਲ ਸਹਿਜਧਾਰਾ ਸਪਿਰਚੁਅਲ ਮਿਸ਼ਨ ਦੇ ਬਾਨੀ ਨੇ ਅਤੇ ਕੈਨੇਡਾ ਦੇ ਵਿੱਚ, ਇੰਡੀਆ ਦੇ ਵਿੱਚ ਸਭ ਥਾਵਾਂ 'ਤੇ ਇਸ ਮਿਸ਼ਨ ਦਾ ਪ੍ਰਚਾਰ ਕਰਦੇ ਨੇ ਅਤੇ ਵੱਖ ਵੱਖ ਥਾਂ 'ਤੇ ਇਹਨਾਂ ਨੇ ਆਪਣੇ ਸਤਸੰਗ ਦੇ ਆਸ਼ਰਮ ਬਣਾਏ ਨੇ। ਕਿੱਤੇ ਵਜੋਂ ਪ੍ਰੋਫੈਸਰ ਸੀ, ਪੀ ਐੱਚ ਡੀ ਡਿਗਰੀ ਹੈ, ਇੰਗਲਿਸ਼ ਦੇ ਮਾਹਰ ਨੇ, ਪੰਜਾਬੀ ਦੇ ਵੀ ਰਾਈਟਰ ਨੇ ਅਤੇ ਨਾਲ ਦੀ ਨਾਲ ਇੱਕ ਇਹ ਨਵੀਂ ਸੇਧ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕਿ ਧਰਮਾਂ ਤੋਂ ਦੂਰ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਅਧਿਆਤਮਵਾਦ ਨਾਲ ਸਪਿਰਚੁਅਲਿਜ਼ਮ ਨਾਲ ਜੁੜਨਾ ਚਾਹੁੰਦੀ ਹੈ, ਉਹਨਾਂ ਵਾਸਤੇ ਇੱਕ ਬੜਾ ਸੁਖੈਨ ਸਾਧਨ ਇਹਨਾਂ ਨੇ ਬਣਾਇਆ ਹੈਗਾ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਅੱਜ ਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਦੋ ਤਿੰਨ ਸਵਾਲ ਆ ਤੁਹਾਨੂੰ ਜੀ। ਇੱਕ ਤਾਂ ਹੈਗਾ ਕਿ ਜਿਹੜਾ ਸਪਿਰਚੁਅਲਿਜ਼ਮ ਆ, ਇਹਨੂੰ ਹਲੇ ਸਾਡੀ ਕੌਮ ਉਨਾ ਵਧੀਆ ਨਹੀਂ ਸਮਝ ਰਹੀ, ਉਸ ਲੈਵਲ 'ਤੇ ਨਹੀਂ ਹੈਗੀ। ਜੇ ਤੁਸੀਂ ਇਹੀ ਪ੍ਰਚਾਰ ਇੰਗਲਿਸ਼ 'ਚ ਕਰੋ, ਗੋਰਿਆਂ ਲਈ ਕਰੋ, ਮੇਰੇ ਕਹਿਣ ਤੋਂ ਸਿੱਧਾ ਸਿੱਧਾ ਭਾਵ ਇਹ ਆ ਤਾਂ ਜਿਵੇਂ ਹਰਭਜਨ ਸਿੰਘ ਜੋਗੀ ਜਾਂ ਓਸ਼ੋ ਦਾ ਜਿਹੜਾ ਸੀਗਾ, ਤੁਸੀਂ ਉਸ ਲੈਵਲ 'ਤੇ ਹਿੱਟ ਕਰ ਸਕਦੇ ਹੋ, ਪਰ ਤੁਸੀਂ ਕੀ ਸੋਚ ਕੇ ਇਹਨੂੰ ਪੰਜਾਬੀ 'ਚ ਕਰਨ ਦਾ ਮਤਲਬ ਇਹ ਸ਼ੁਰੂ ਕੀਤਾ ਜਦੋਂ ਕਿ ਤੁਸੀਂ ਇੰਗਲਿਸ਼ ਦੇ ਵੀ ਮਾਹਰ ਹੋ? ਇਹ ਤਾਂ ਇਸ ਤਰ੍ਹਾਂ ਜੀ ਵੀ ਇੱਕ ਹੁੰਦੀ ਹੈਗੀ ਸਾਡੇ ਸਹਿਜ ਧਾਰਾ ਦੇ ਵਿੱਚ ਨਾ ਇੱਕ ਸਹਿਜ ਦਾ ਕੋਨਸੈਪਟ। ਠੀਕ ਹੈ ਜੀ। ਸਹਿਜ ਇਕੱਲਾ ਸਹਿਜ ਨਹੀਂ ਆਉਂਦਾ, ਉਹਦੇ ਵਿੱਚ ਉਹਦੀ ਸੱਚ ਅਤੇ ਉਹਦੀ ਅਸਲੀਅਤ ਵੀ ਆਉਂਦੀ ਜੀ। ਅਤੇ ਇਹਦੇ 'ਚ ਇਹ ਹੈਗਾ ਬਈ ਪੰਜਾਬੀ ਮੇਰੀ ਲੈਂਗੁਏਜ ਮਾਂ ਬੋਲੀ ਹੈ ਜੀ। ਦੁਨੀਆ ਦੇ ਵਿੱਚ ਅੱਜ ਤੱਕ ਕਿਸੇ ਵੀ ਪ੍ਰੋਫਿਟ ਨੇ ਜੀ ਅਤੇ ਕਿਸੇ ਵੀ ਵਿਦਵਾਨ ਨੇ ਜੀ, ਕਿਸੇ ਵੀ ਸਾਹਿਤਚਾਰੀਆ ਨੇ ਜੀ, ਇਹ ਨਹੀਂ ਕਿਹਾ ਕਿ ਮਾਤ ਬੋਲੀ ਤੋਂ ਬਗੈਰ ਦੂਜੀ ਬੋਲੀ ਦੇ ਵਿੱਚ ਕੋਈ ਬੰਦਾ ਆਪਣੇ ਆਪ ਨੂੰ ਠੀਕ ਤਰ੍ਹਾਂ ਐਕਸਪ੍ਰੈਸ ਕਰ ਸਕਦਾ। ਅਤੇ ਸਮੁੱਚੇ ਜਗਤ 'ਚ ਪ੍ਰਵਾਨਤ ਹੈ ਜੀ ਕਿ ਜਿਹੜੀਆਂ ਇਮੋਸ਼ਨ ਹਿਊਮਨ ਇਮੋਸ਼ਨਸ ਨੇ ਜੀ, ਉਸ ਨੂੰ ਤੁਸੀਂ ਆਪਣੀ ਬੋਲੀ ਦੇ ਵਿੱਚ ਹੀ ਜ਼ਾਹਿਰ ਕਰ ਸਕਦੇ। ਬਿਲਕੁਲ ਜੀ। ਦੂਜਾ ਤੁਹਾਡਾ ਸਵਾਲ ਹੈ ਵੀ ਮੈਂ ਉਹ ਜੋਗੀ ਹਰਭਜਨ ਵਾਲਾ ਜੀ ਅਤੇ ਰਜਨੀਸ਼ ਵਾਲਾ ਹਾਂਜੀ ਰਾਹ ਨਹੀਂ ਅਡੋਪਟ ਕੀਤਾ ਜੀ। ਉਹਦਾ ਇਹ ਹੈ ਜੀ ਵੀ ਮੇਰਾ ਮਸਲਾ ਜਿਹੜਾ ਹੈਗਾ ਜੀ, ਇਹ ਸੰਸਾਰ ਦੇ ਵਿੱਚ ਗੱਲ ਕਰਨਾ ਹੀ ਹੈ, ਅੱਛਾ ਜਸ ਕੱਟਣਾ ਅਤੇ ਨੋਟ ਬਣਾਉਣੇ ਨਹੀਂ। ਠੀਕ ਹੈ ਜੀ। ਮੇਰਾ ਇਹ ਕੋਈ ਪਰਪਜ਼ ਨਹੀਂ, ਕਿਉਂਕਿ ਖੁਦਾ ਨੇ ਮੇਰੇ 'ਤੇ ਰਹਿਮਤ ਕੀਤੀ ਹੈ ਕਿ ਜਿੰਨੇ ਕੁ ਦੀ ਮੈਨੂੰ ਲੋੜ ਹੈ ਜੀ ਉਨਾ ਕੁ ਮੈਨੂੰ ਧਨ ਸਪਲਾਈ ਕਰ ਰਿਹਾ ਹੈ। ਬਿਲਕੁਲ। ਅਤੇ ਮੈਂ ਬਹੁਤੇ ਤੋਂ ਲੈ ਕੇ ਅੰਬਾਰ ਰਚ ਕੇ ਮੈਂ ਕੀ ਲੈਣਾ। ਨਹੀਂ ਪਰ ਤੁਸੀਂ ਜਿਹੜੇ ਤੁਹਾਡੇ ਸਤਸੰਗ ਲੱਗਦੇ ਆ ਜੀ, ਸਪਿਰਚੁਅਲਿਜ਼ਮ ਦੀ ਗੱਲਬਾਤ ਹੁੰਦੀ ਆ, ਉਹ 'ਚ ਗੋਰੇ ਗੋਰੀਆਂ ਜਾਂ ਹੋਰ ਕਮਿਊਨਿਟੀਆਂ ਲੋਕ ਆਉਂਦੇ ਆ? ਆਉਂਦੇ ਆ। ਅੱਛਾ ਜੀ। ਸਾਰ ਲੈਂਗੁਏਜ ਹਰ ਤੋਂ ਆਉਂਦੇ, ਕਿਉਂਕਿ ਮੇਰਾ ਇਸ ਤਰ੍ਹਾਂ ਹੈਗਾ ਵੀ ਮੈਂ ਉਹਨਾਂ ਨੂੰ ਇੱਕ ਸਮਝਣ ਦੀ ਵਿਧੀ ਵੀ ਦੱਸਦਾ। ਠੀਕ ਹੈ। ਸਮਝਣ ਦੇ ਸੋਰਸਿਸ ਵੀ ਦੱਸਦਾ। ਮਤਲਬ ਫੋਰ ਐਗਜ਼ਾਮਪਲ ਹੈਗਾ ਜੇ ਆਪਾਂ ਇਹ 'ਚ ਲੈ ਲਈਏ ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਕੀ ਪੜ੍ਹੋ। ਹੁਣ ਫਿਜ਼ਿਕਸ ਤਾਂ ਉਹ ਪੜ੍ਹਦੇ ਆ ਜੀ, ਮੈਂ ਕਹਿੰਦਾ ਭਾਈ ਜੇ ਤੁਸੀਂ ਅਧਿਆਤਮ ਦੀ ਸਮਝ ਲੈਣੀ ਹੈ ਤੁਹਾਨੂੰ ਮੈਟਾਫਿਜ਼ਿਕਸ ਪੜ੍ਹਨੀ ਪਊ ਜੀ, ਪੂਰਾ ਪੂਰਾ ਵਿਗਿਆਨ। ਅਤੇ ਫਿਰ ਉਹ ਵਿਗਿਆਨ ਦੀ ਗੱਲ ਮਨੋਵਿਗਿਆਨ ਦੀ ਗੱਲ ਕਰਦੇ ਆ ਜੀ, ਮੈਂ ਕਹਿੰਦਾ ਭਾਈ ਸਾਈਕੋਲੋਜੀ ਪੜ੍ਹੋ, ਉਹ ਸੰਸਾਰਿਕ ਤਰ੍ਹਾਂ ਡੀਲ ਕਰਦੀ ਹੈ ਜੀ, ਪਰ ਉਸ ਦੇ ਨਾਲ ਇੱਕ ਪੈਰਾਸਾਈਕੋਲੋਜੀ ਵੀ ਇੱਕ ਹੈਗੀ, ਤੁਸੀਂ ਉਸ ਦਾ ਅਧਿਐਨ ਕਰੋ ਜੀ। ਉਸ ਤੋਂ ਬਾਅਦ ਇਹ ਹੈਗਾ ਕਿ ਮੈਂ ਇਹ ਵੀ ਕਹਿੰਦਾ ਬਈ ਜਿਹੜੇ ਇੰਡੀਅਨਸ ਹੈਗੇ ਜੀ ਜਾਂ ਇੰਡੀਅਨਸ ਆਈਡੀਓਲੋਜੀ ਹੈ ਜੀ, ਉਹ ਵੀ ਇਸ ਤੋਂ ਸਿੱਖਣੀ ਨਹੀਂ ਹੈ। ਅਤੇ ਫਿਰ ਮੈਂ ਉਹਨੂੰ ਕਹਿੰਦਾ ਕਿ ਕਸ਼ਮੀਰ ਦੇ ਵਿੱਚ ਇੱਕ ਤ੍ਰਿਕ ਦਰਸ਼ਨ ਹੋਇਆ ਜੀ, ਤ੍ਰਿਕ ਦਰਸ਼ਨ ਇੱਕ ਫਲਸਫੀ ਹੈ ਹਾਂਜੀ, ਅਤੇ ਇਹਦੀ ਬੁਨਿਆਦ ਦੇ ਵਿੱਚ ਸ਼ਿਵ ਸੂਤਰ ਜੀ ਹੈਗੇ, ਤੁਸੀਂ ਉਹਨਾਂ ਦਾ ਅਧਿਐਨ ਕਰੋ। ਠੀਕ ਹੈ ਜੀ। ਅਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਗੱਲ ਕਹਿਣਾ ਵੀ ਭਾਈ ਜੇ ਸਹਿਜ ਸਮਾਧੀ ਵੱਲ ਨੂੰ ਆਉਣਾ ਜੀ ਤਾਂ ਜਿਹੜੀ ਖੁਦਾਈ ਇੰਟਿਊਸ਼ਨ ਹੈ ਜੀ
ਜਿਹੜੀ ਡਾਇਰੈਕਟ ਕਮਿਊਨੀਕੇਸ਼ਨ ਹੁੰਦੀ ਹੈ ਜੀ, ਉਹਦੇ ਤੱਕ ਪਹੁੰਚਣ ਲਈ ਉਹਨੇ ਸੂਕਸ਼ਮ ਵੀ ਹੋਵੋ। ਠੀਕ ਹੈ ਜੀ। ਇੱਕ ਆਪਣੇ ਪਿਛਲੇ ਪ੍ਰੋਗਰਾਮਾਂ ਤੋਂ ਕਈ ਬੰਦਿਆਂ ਦੇ ਕੁਐਸਚਨ ਆਏ ਸੀ ਜੀ ਕਿ ਜਿਹੜੀ ਸਹਿਜਧਾਰੀ ਇੱਕ ਉੱਥੇ ਚੱਲ ਰਹੀ ਹੈ ਇੰਡੀਆ ਦੇ ਵਿੱਚ, ਸਿੱਖਾਂ ਦੇ ਵਿੱਚ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਵਾਲਾ ਇੱਕ ਬਖੇੜਾ ਚੱਲ ਰਿਹਾ ਉੱਥੇ ਜੀ। ਉਹਨਾਂ ਨੇ ਆਪਦੀ ਇੱਕ ਸੰਸਥਾ ਬਣਾ ਕੇ ਕਿ ਸਹਿਜਧਾਰੀ ਸਿੱਖਾਂ ਸ਼੍ਰੋਮਣੀ ਕਮੇਟੀ 'ਚ ਵੋਟ ਪਾਉਣ ਦਾ ਅਧਿਕਾਰ ਚਾਹੀਦਾ, ਵੀ ਤੁਸੀਂ ਉਹਨਾਂ ਨਾਲ ਵੀ ਰਿਲੇਟਡ ਹੋ ਜਾਂ ਆਪਣੇ ਬਿਲਕੁਲ ਵੱਖਰਾ ਹੀ ਹੈ? ਦੇਖੋ ਜੀ, ਉਹ ਜਿਹੜੀ ਸਹਿਜਧਾਰਾ ਵਾਲੇ, ਮੇਰਾ ਉਹਨਾਂ ਦੇ ਨਾਲ ਬਿਲਕੁਲ ਕੋਈ ਤਲਕ ਨਹੀਂ। ਠੀਕ ਹੈ। ਅਤੇ ਉਹਨਾਂ ਦਾ ਤਲਕ ਇੱਕ ਪੈਰਲ ਗਰੁੱਪ ਬਣ ਕੇ ਹੈਗਾ। ਬਿਲਕੁਲ, ਹਾਂਜੀ। ਅਤੇ ਉਸ ਦੇ ਵਿੱਚ ਆਪਾਂ ਜਾਣਾ ਨਹੀਂ ਚਾਹੁੰਦੇ। ਠੀਕ ਹੈ। ਪਰ ਮੇਰਾ ਜਿਹੜਾ ਹੈਗਾ ਸਹਿਜ, ਹਾਂਜੀ, ਇਹ ਜਿਹੜਾ ਸਹਿਜ ਇੱਕ ਬੜੀ ਵੱਡੀ ਅਧਿਆਤਮਿਕ ਉੱਚਤਾ ਦਾ ਸਾਈਨ ਹੈ। ਬਿਲਕੁਲ, ਜਿਹੜਾ ਸਹਿਜ ਦੀ ਗੱਲ ਹੈ ਜੀ, ਇਹ ਆ ਜਾਣੀ ਅਗਲੇ ਆਪਣੇ ਪੁਆਇੰਟਾਂ 'ਚ। ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਹਨਾਂ ਨੇ ਇੱਕ 25 ਨੁਕਾਤੀ ਪ੍ਰੋਗਰਾਮ ਬਣਾਇਆ ਹੋਇਆ ਜੀ, ਇੱਕ 25 ਨੁਕਤੇ ਆ ਜਿਹੜਾ ਵੀ ਬੰਦਾ ਇਹਨਾਂ ਕੋਲ ਜਾਂਦਾ ਉਹਨਾਂ ਨੂੰ ਫੋਲੋ ਕਰਨ ਲਈ ਦੱਸਦੇ ਆ ਕਿ ਤੁਸੀਂ ਆਹ ਚੀਜ਼ਾਂ ਫੋਲੋ ਕਰਨੀਆਂ ਨੇ। ਅਤੇ ਉਹ 25 ਜਿਹੜੇ ਨੁਕਤੇ ਆ, ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ 'ਚੋਂ ਕੁਛ ਅੱਜ ਕੁਛ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨਾਲ ਸਾਂਝੇ ਕਰੀਏ, ਤਾਂ ਕਿ ਇਹਨਾਂ ਦੇ ਮਿਸ਼ਨ ਬਾਰੇ ਸਾਰਿਆਂ ਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਹੋਵੇ ਕਿ ਕੀ ਹੈ। ਸਭ ਤੋਂ ਪਹਿਲਾਂ ਜਿਹੜਾ ਤੁਹਾਡਾ 25 ਨੁਕਾਤੀ ਪ੍ਰੋਗਰਾਮ ਆ ਜੀ, ਉਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਲਿਖਿਆ। ਠੀਕ ਹੈ। ਗੁਰੂ ਨਾਨਕ ਪਾਤਸ਼ਾਹ ਦੀ ਜਪਜੀ ਸਾਹਿਬ ਬਾਣੀ ਤੋਂ ਸਭ ਤੋਂ ਪਹਿਲਾਂ ਜਿਹੜਾ ਮੂਲ ਮੰਤਰ ਆ ਉਹਦੀ ਗੱਲ ਕਰੀ ਆ। ਉਹ ਤੁਹਾਡਾ, ਕਿਉਂਕਿ ਤੁਸੀਂ ਜਨਮ ਸਿੱਖਾਂ ਦੇ ਘਰ ਹੋਏ ਇਸ ਕਰਕੇ, ਜਾਂ ਤੁਹਾਡੀ ਵਿਚਾਰਧਾਰਾ ਇਹ ਹੈਗੀ? ਇਹਨਾਂ ਦੋਨਾਂ ਚੀਜ਼ਾਂ ਤੋਂ ਥੋੜ੍ਹੀ ਜਿਹੀ ਵੱਖਰੀ ਗੱਲ ਹੈ। ਅੱਛਾ। ਇਹ ਮੈਨੂੰ ਬਖਸ਼ਿਸ਼ ਹੋਈ ਸਤਿਗੁਰੂ ਦੀ, ਆਪਾਂ ਆਪਣੇ ਪੈਗੰਬਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਠੀਕ ਹੈ। ਕਿ ਉਹਨਾਂ ਤੋਂ ਮੈਨੂੰ ਮੈਸੇਜ ਆਇਆ, ਅਤੇ ਜਿਹੜਾ ਮੈਂ ਉਹਦੇ 'ਤੇ ਤੁਸੀਂ ਦੇਖੋਗੇ, ਉਹ 'ਤੇ ਮੇਰੇ ਕੋਲ ਪਹਿਲਾਂ ਹੀ ਲਿਖ ਦਿੱਤਾ ਹੈ ਜੀ ਕਿ ਮੂਲ ਮੰਤਰ ਸ਼ਬਦ ਖੁਦਾਈ ਇਹੋ ਬਾਣੀ ਹਿੱਸੇ ਆਈ। ਹੁਣ ਇਹ ਹਿੱਸੇ ਆਈ ਜਿਹੜੀ ਗੱਲ ਹੈਗੀ ਜੀ, ਦੋ ਚੀਜ਼ਾਂ ਨੇ। ਇੱਕ ਤਾਂ ਮੈਂ ਕਹਿੰਦਾ ਕਿ ਜਿਹੜਾ ਮੂਲ ਮੰਤਰ ਹੈ ਇਹ ਇਲਹਾਮ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹੋਇਆ, ਇਹਨੂੰ ਮੈਂ ਮੰਨਦਾ। ਹਾਂਜੀ। ਅਤੇ ਇਹਨੂੰ ਮੈਂ ਗੁਰਪ੍ਰਸਾਦ ਤੱਕ ਹੀ ਮੰਨਦਾ। ਠੀਕ ਹੈ ਜੀ। ਉਸ ਤੋਂ ਅੱਗੇ ਨਹੀਂ ਮੰਨਦਾ। ਠੀਕ ਹੈ। ਉਸ ਤੋਂ ਅੱਗੇ ਤਾਂ ਫਿਰ ਜਪ ਬਾਣੀ ਸ਼ੁਰੂ ਹੋ ਜਾਂਦੀ ਹੈ ਜੀ। ਅਤੇ ਦੂਜਾ ਹੈਗਾ ਇਹ ਕਿ ਇਸ ਦੇ ਵਿੱਚ ਇਹੋ ਬਾਣੀ ਹਿੱਸੇ ਆਈ, ਇਹਦਾ ਮਤਲਬ ਹੈ ਬਈ ਇਹ ਮੈਨੂੰ ਹੁਕਮ ਹੋਇਆ ਜੀ, ਇੰਟੂਟਿਵਲੀ। ਠੀਕ ਹੈ। ਹੁਕਮ ਹੋਇਆ ਜੀ ਬਈ ਤੇਰਾ ਜਿਹੜਾ ਹੈਗਾ ਸ਼ਬਦ, ਹਾਂਜੀ, ਉਹ ਹੋਇਆ। ਠੀਕ ਹੈ ਜੀ। ਇਸ ਲਈ ਹੈਗਾ ਜੀ। ਠੀਕ ਹੈ ਜੀ। ਠੀਕ ਹੈ। ਸੋ ਮੂਲ ਮੰਤਰ ਨੂੰ ਤੁਸੀਂ, ਜਿਹੜਾ ਪਰਮਾਤਮਾ ਦਾ ਸਰੂਪ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਦੱਸਦੇ ਹੋ, ਉਹੀ ਸਰੂਪ ਹੈ ਜਿਹੜਾ ਮੂਲ ਮੰਤਰ 'ਚ ਦਰਸਾਇਆ ਹੋਇਆ? ਨਹੀਂ, ਇਸ ਤਰ੍ਹਾਂ ਹੈਗਾ ਕਿ ਗੁਰੂ ਜਦੋਂ ਚੇਲੇ ਨੂੰ ਸ਼ਿੰਗਾਰ ਦਾ ਲਫ਼ਜ਼ ਮੈਂ ਵਰਤਾਂ ਜੀ, ਤਾਂ ਉਹ ਉਸ ਨੂੰ ਉਸ ਦੇ ਲਿਹਾਜ਼ ਨਾਲ ਸ਼ਿੰਗਾਰਦਾ। ਆਪਾਂ ਜੇ ਮੰਨ ਲਓ ਕਿ ਗੁਰੂ ਜਿਹੜਾ ਹੈਗਾ ਉਹ ਉਸ ਤੋਂ ਗਿਆਨ 'ਚ ਵੀ ਵੱਡਾ ਹੁੰਦਾ ਜੀ, ਉਮਰ 'ਚ ਵੀ ਵੱਡਾ ਹੁੰਦਾ। ਬਿਲਕੁਲ, ਹਾਂਜੀ। ਅਤੇ ਜੇ ਆਪਾਂ ਉਹਨੂੰ ਫਿਜ਼ੀਕਲੀ ਲੈ ਲਈਏ, ਇਸ ਦਾ ਇਮੇਜ ਲੈ ਲਈਏ, ਹਾਂਜੀ, ਅਤੇ ਜੇ ਗੁਰੂ ਜਿਹੋ ਜਿਹੀ ਪੱਗ ਅਤੇ ਜਿਹੋ ਜਿਹੇ ਕੱਪੜੇ ਆਪ ਪਾਉਂਦਾ, ਜਿਹੜਾ ਨੌਜਵਾਨ ਮੁੰਡਾ ਮੁੱਛ ਫੁੱਟ ਗੱਭਰੂ ਦਾ ਚੇਲਾ ਉਹਨੂੰ ਉਹੀ ਪਾਉਂਦਾ? ਨਹੀਂ, ਉਸ ਨੂੰ ਸ਼ਮਲੇ ਵਾਲੀ ਪੱਗ ਬਣਾਉਂਦਾ ਜਿਹੜੀ ਮਾਡਰਨ ਹੁੰਦੀ। ਹਾਂਜੀ, ਠੀਕ ਹੈ ਜੀ, ਬਿਲਕੁਲ। ਅਤੇ ਅਧਿਆਤਮ ਦੇ ਖੇਤਰ ਦੇ ਵਿੱਚ ਇਹ ਹੈ ਕਿ ਜਿਉਂ ਜਿਉਂ ਸਮਾਂ ਬਦਲਦਾ ਹੈ ਜੀ, ਜਿਉਂ ਜਿਉਂ ਰਾਜਤੰਤਰ ਬਦਲਦੇ ਹੈ ਜੀ, ਜਿਉਂ ਜਿਉਂ ਸਮਾਜਿਕ ਪ੍ਰਸਥਿਤੀਆਂ ਬਦਲਦੀਆਂ ਜੀ, ਉਸ ਦੇ ਨਾਲ ਸੱਚ ਜਿਹੜਾ ਹੈਗਾ ਉਹ ਵੀ ਥੋੜ੍ਹਾ ਜਿਹਾ ਫਰਕ ਲੈਂਦਾ ਰਹਿੰਦਾ ਹੈ ਜੀ। ਉਹਦੇ 'ਚ ਹੁੰਦਾ ਹੈਗਾ ਕਿ ਐਟਰਨਲ ਟਰੂਥ ਦੇ ਵਿੱਚ ਜੀ, ਉਹਨੂੰ ਆਪਾਂ ਕਹਿ ਸਕਦੇ ਹਾਂ ਸਾਮਿਕ ਸੱਚ, ਸਮੇਂ ਦਾ ਸੱਚ, ਸਮੇਂ ਦਾ ਸੱਚ, ਉਸ ਨੂੰ ਜੋ ਰੰਗਦਾ ਉਸ ਤੋਂ ਬਾਅਦ ਆਉਂਦਾ। ਹੁਣ ਇਹਦੇ 'ਤੇ ਜਿਹੜੀ ਹੈਗੀ ਇਹ ਡੈਫੀਨੇਸ਼ਨ ਜੀ, ਜਿਹੜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹਿੱਸੇ ਆਈ, ਬਿਲਕੁਲ, ਜਿਹਨੂੰ ਮੈਂ ਪੂਜਦਾ। ਠੀਕ ਹੈ। ਅਤੇ ਇਸ ਦੇ ਵਿੱਚ ਮੈਂ ਇਹਨੂੰ ਇੰਟਰਪ੍ਰੇਟ ਕੀਤਾ ਇਟਰਨਲੀ ਗਲੋਇੰਗ ਕੌਨਸ਼ੀਅਸਨੈਸ। ਠੀਕ ਹੈ। ਮਾਡਰਨ ਈਡੀਅਮ ਦੇ ਵਿੱਚ ਖੁਦਾ ਅਸੀਂ ਇਹਨੂੰ ਕਹਿੰਦੇ ਸਹਿਜ ਸਾਧਨਾ। ਸਾਧਨਾ ਦਾ ਜੋ ਸ਼ਬਦ ਹੁੰਦਾ ਸਾਨੂੰ ਲੱਗਦਾ ਵੀ ਕੋਈ ਔਖਾ ਕੰਮ ਸਾਧਨਾ ਕਰਨੀ ਆ, ਪਰ ਤੁਸੀਂ ਕਿਹਾ ਕਿ ਸਹਿਜ ਸਾਧਨਾ ਕਿ ਸੌਖੀ ਸਾਧਨਾ, ਇਹ ਤਾਂ ਇੱਕ ਸਹਿਜ ਨਾ ਕਰਨ ਵਾਲਾ ਕੰਮ ਹੈ। ਹਾਂਜੀ। ਅਤੇ ਇਹਦੇ 'ਚ ਇਹ ਹੈਗਾ ਕਿ ਦੋ ਚੀਜ਼ਾਂ ਇਹ ਸਮਝਣੀਆਂ ਚਾਹੀਦੀਆਂ, ਇੱਕ ਹੁੰਦੀ ਸਹਿਜ ਸਾਧਨਾ ਜੀ, ਇੱਕ ਹੁੰਦੀ ਸਹਿਜ ਸਮਾਧੀ ਜੀ। ਆਪਣੇ ਇਸ ਦੇ 'ਚ ਸਹਿਜ ਸਾਧਨਾ ਹੁੰਦੀ ਹੈ
ਜਦੋਂ ਬੰਦਾ ਆਪਣੇ ਆਪ ਨੂੰ ਸਹਿਜ ਸਮਾਧੀ ਲਈ ਤਿਆਰ ਕਰਦਾ। ਅੱਛਾ ਜੀ, ਠੀਕ ਹੈ। ਕਿ ਸੱਚਾ ਅਤੇ ਸੁੱਚਾ ਇਨਸਾਨ ਜਿਸ ਵੀ ਕੰਮ 'ਤੇ ਬੈਠਦਾ ਜੀ ਉਹ 'ਚ ਪ੍ਰਾਪਤੀ ਹੁੰਦੀ ਹੈ, ਕਿਉਂਕਿ ਬਖਸ਼ਿਸ਼ ਹੁੰਦੀ ਹੈ। ਬਖਸ਼ਿਸ਼ ਹੁੰਦੀ, ਠੀਕ ਹੈ। ਸਹਿਜ ਸਾਧਨਾ ਦੇ ਵਿੱਚ ਉਹ ਸਹਿਜੇ ਸਹਿਜੇ ਵਾਲੀ ਗੱਲ ਜਿਹੜੀ ਆਪਾਂ ਅੱਗੇ ਵੀ ਕਰਦੇ ਹਾਂ, ਇੱਕ ਤਾਂ ਹੈਗਾ ਉਹਦੇ 'ਚ ਸਬਰ ਅਤੇ ਸੰਤੋਖ, ਇਹ ਕੁਆਲਿਟੀਜ਼ ਨੇ ਜੀ। ਹੰਕਾਰ ਅਤੇ ਕ੍ਰੋਧ ਦਾ ਤਿਆਗ ਦੇ ਉੱਤੇ ਆਪਾਂ ਬਿਲਕੁਲ ਜ਼ੋਰ ਦਿੰਦੇ ਹਾਂ, ਠੀਕ ਹੈ ਜੀ। ਇਸ ਤੋਂ ਵੱਡੀ ਗੱਲ ਜਿਹੜੀ ਆਪਾਂ ਕਹਿੰਦੇ ਹਾਂ ਜਿਹਦੇ 'ਤੇ ਆਮ ਤੌਰ 'ਤੇ ਨਹੀਂ ਹੁੰਦਾ ਜੀ, ਉਹ ਹੈ ਕਿ ਜਿਹੜੀ ਹੁੰਦੀ ਹੈਗੀ ਨਾ ਚੁਗਲੀ ਕਰਨਾ, ਇਹ ਸਭ ਤੋਂ ਵੱਡੀ ਵਾਧਾ ਹੈਗੀ ਅਧਿਆਤਮਿਕ ਵਿਕਾਸ 'ਚ। ਅੱਛਾ ਜੀ, ਕਿਉਂਕਿ ਇਹਦੇ ਨਾਲ ਬੰਦੇ ਦੀ ਹੋਮ ਹੈ ਤਕੜੀ ਹੁੰਦੀ ਹੈ ਅਤੇ ਬੰਦਾ ਆਪਣੇ ਆਪ ਨੂੰ ਇੰਪਰੂਵ ਕਰਨ 'ਤੇ ਬਿਲਕੁਲ ਨਹੀਂ ਲੱਗਦਾ, ਨਹੀਂ ਠੀਕ ਹੈ, ਕਿਉਂਕਿ ਉਹ ਦੂਸਰੇ ਨੂੰ ਮਾੜਾ ਕਹਿ ਰਿਹਾ ਹੁੰਦਾ। ਬਿਲਕੁਲ, ਉਹਦੇ ਕੰਪੈਰੀਜ਼ਨ ਦੇ ਵਿੱਚ ਆਪਣੇ ਉਹਨੂੰ ਵੱਡਾ ਦੇਖ ਕੇ ਬੰਦਾ ਵੱਡਾ ਨਹੀਂ ਬਣਦਾ ਜੀ, ਠੀਕ ਹੈ। ਅੱਖਾਂ 'ਚ ਰਿੰਡ ਪ੍ਰਧਾਨ ਹੋ ਤਾਂ ਸਕਦਾ ਜੀ, ਪਰ ਦਰਖਤਾਂ 'ਚ ਰਿੰਡ ਪ੍ਰਧਾਨ ਨਹੀਂ ਹੁੰਦਾ। ਕਿਆ ਬਾਤ ਹੈ ਜੀ। ਹੁਣ ਤੁਸੀਂ ਤੀਜੇ ਪੁਆਇੰਟ ਦੇ ਵਿੱਚ ਲਿਖਿਆ, ਸਹਿਜ ਨੂੰ ਸਮਝੋ ਅਤੇ ਸਮਝ ਕੇ ਅੱਗੇ ਵਧੋ, ਅਤੇ ਸਹਿਜੇ ਸਹਿਜੇ ਬੁੱਧ ਵਿਵੇਕ ਦੀ ਜਾਗਰਤੀ ਦੀ ਬਖਸ਼ਿਸ਼ ਹੁੰਦਿਆਂ ਪੂਰੀ ਸੁਹਿਰਦਤਾ ਨਾਲ ਗੁਰ ਆਸਰੇ ਦੀ ਸ਼ਬਦ ਸੁਰਤ ਯੋਗ ਰਾਹੀਂ ਸਹਿਜ ਯੋਗ ਤੋਂ ਤੱਕ ਪਹੁੰਚ ਸਕਦੇ, ਇਹਦੇ ਬਾਰੇ ਥੋੜ੍ਹਾ ਐਕਸਪਲੇਨ ਕਰਿਓ ਜੀ। ਬਿਲਕੁਲ, ਇਸ ਨੂੰ ਨਾ ਆਪਾਂ ਸਿੰਪਲੀਫਾਈ ਕਰਦੇ ਹਾਂ ਜੀ ਸਾਧਾਰਨ ਲੈਵਲ। ਹਾਂਜੀ ਹਾਂਜੀ, ਪਹਿਲੀ ਗੱਲ ਇਹ ਹੈਗੀ ਕਿ ਬੰਦੇ ਨੂੰ ਸਮਝ ਪੂਰੀ ਹੋਣੀ ਚਾਹੀਦੀ ਹੈ ਉਸ ਤੱਕ ਗਿਆਨ ਜਿੰਨਾ ਪਹੁੰਚਿਆ ਜੀ। ਇਹਦੇ 'ਚ ਇਹ ਹੁੰਦਾ ਹੈਗਾ ਕਿ ਜੇ ਅੰਦਰ ਤੁਹਾਡਾ ਸੰਪੂਰਨ ਚਾਨਣ ਰੱਖਦਾ ਜੀ ਤਾਂ ਤੁਹਾਡੀ ਦ੍ਰਿਸ਼ਟੀ ਵੀ ਸੰਪੂਰਨਤਾ ਦੇ ਨਾਲ ਉਸ ਨੂੰ ਓਬਜ਼ਰਵ ਕਰਨ ਲੱਗ ਜਾਂਦਾ। ਅਤੇ ਤੀਜੀ ਗੱਲ ਇਹਦੇ 'ਚ ਇਹ ਆਉਂਦੀ ਹੈ ਕਿ ਜਿਹੜੀ ਸਹਿਜ ਵਾਲੀ ਗੱਲ ਹੈ ਜੀ, ਜੇ ਆਪਾਂ ਸਾਈਕੋਲੋਜੀਕਲੀ ਇਸ ਨੂੰ ਲਈਏ ਜੀ, ਜੇ ਬੰਦੇ ਨੂੰ ਹੋਵੇ ਨਾ ਬਈ ਮੈਂ ਹੁਣ ਸਮਾਧੀ 'ਤੇ ਬੈਠਣਾ ਬਈ ਜੀ, ਤਾਂ ਸਾਈਕੋਲੋਜੀਕਲੀ ਉਹਨੂੰ ਲੱਗਦਾ ਕੁਛ ਵੱਖਰਾ ਹੋਣ ਵਾਲਾ। ਬਿਲਕੁਲ ਜੀ, ਪਰ ਸਹਿਜ ਸਾਧਨਾ ਤੋਂ ਸਹਿਜ ਸਮਾਧੀ 'ਚ ਉਤਰਦੇ ਪਤਾ ਹੀ ਨਹੀਂ ਲੱਗਦਾ। ਅੱਛਾ, ਸਹਿਜ ਸਮਾਧੀ 'ਚ ਹੁੰਦਾ ਹੈਗਾ ਇਹ ਕਿ ਤੁਸੀਂ ਬਿਲਕੁਲ ਸਹਿਜ ਜਦੋਂ ਸਾਧਨਾ ਕਰਦੇ ਹੋ ਤਾਂ ਤੁਸੀਂ ਆਪਣੇ ਆਲੇ ਦੁਆਲੇ ਨਾਲ ਪੂਰਾ ਲਿੰਕਡ ਹੁੰਦੇ ਹੋ, ਤੁਸੀਂ ਉਸ ਕੰਟੈਕਸ ਦੇ ਵਿੱਚ ਆਪਣਾ ਗਿਆਨ ਪ੍ਰਾਪਤ ਕਰਦੇ ਹੋ ਜੀ, ਉਹਦੇ ਵਿੱਚ ਸਹਿਜ ਦੀ ਜੋ ਤੁਹਾਡਾ ਜੀਵਨ ਦੀ ਚੱਲਣਾ ਹੈਗਾ ਉਹ ਦੱਸਦਾ, ਤੁਹਾਡਾ ਬਿਹੇਵੀਅਰ ਹੈਗਾ ਜਿਹੜਾ ਜੀ, ਅਤੇ ਮਨ ਵਿੱਚ ਕਰਮ ਵਾਲੀ ਗੱਲ ਰੱਖਣੀ ਚਾਹੀਦੀ ਹੈ ਹਾਂਜੀ, ਅਤੇ ਉਹਨੂੰ ਉਹਦੇ ਬਾਰੇ ਤੁਹਾਨੂੰ ਸਮਝ ਹੈ। ਮਨ ਵਿੱਚ ਕਰਨ ਦੇ ਵਿੱਚ ਵੀ ਮਨ ਦੇ ਮਾਨੇ ਮਾਇੰਡ ਨਹੀਂ ਲੈਣੇ ਚਾਹੀਦੇ, ਇੰਟੈਂਸ਼ਨ ਲੈਣੇ ਚਾਹੀਦੇ, ਠੀਕ ਹੈ। ਵਚ ਦੇ ਮਤਲਬ ਵਚਨ ਬੋਲਣੇ ਹੀ ਨਿਕਲੇ, ਕਮਿਊਨੀਕੇਸ਼ਨ ਜਿਹੜੀ ਹੈਗੀ ਉਸ ਨੂੰ ਲੈਣੀ ਚਾਹੀਦੀ ਹੈ। ਕਰਮ ਦੇ ਮਾਨੇ ਜੋ ਤੁਸੀਂ ਕਿਰਿਆਸ਼ੀਲ ਹੋਣੇ ਕਿਸੇ ਵੀ ਕੰਮ 'ਤੇ, ਕਿਉਂਕਿ ਮੈਂ ਜਦੋਂ ਇਹਨੂੰ ਪੜ੍ਹ ਰਿਹਾ ਸੀਗਾ ਜੀ, ਮੈਨੂੰ ਗੁਰਬਾਣੀ ਦੇ ਇੱਕ ਤੁੱਕ ਉਦੋਂ ਹੀ ਮੇਰੇ ਮਾਇੰਡ 'ਚ ਆਈ, ਮਹਾਰਾਜ ਨੇ ਬਾਣੀ 'ਚ ਲਿਖਿਆ ਕਿ ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਉਹ ਮੈਂ ਉਹਦਾ ਫਿਰ ਸਟੀਕ ਪੜ੍ਹਨ ਦੀ ਕੋਸ਼ਿਸ਼ ਕਰੀ, ਤਾਂ ਉਹਦੇ ਵਿੱਚ ਲਿਖਿਆ ਸੀ ਕਿ ਜਿੱਦਾਂ ਕੋਈ ਬੀਬੀ ਦੁੱਧ ਰਿੜਕਦੀ ਹੈ, ਕਹਿੰਦੇ ਵੀ ਜੇ ਉਹ ਫੁੱਲ ਸਪੀਡ 'ਤੇ ਰਿੜਕੇ ਤਾਂ ਨਿਕਲਿਆ ਘਿਓ ਮੱਖਣੀ ਉਹਦੇ ਵਿੱਚ ਇਸ ਤਰ੍ਹਾਂ ਰਲਜੂ, ਮੁੜ ਕੇ ਕਦੇ ਨਹੀਂ ਨਿਕਲਣੀ, ਕਿ ਉਹਨੂੰ ਸਹਿਜ ਰਿੜਕੋ ਤਾਂ ਕਿ ਜਿਹੜਾ ਤੱਤ ਨਿਕਲਿਆ ਉਹ ਵਿੱਚ ਦੁਬਾਰਾ ਲੱਸੀ 'ਚ ਨਾ ਰਲ ਜਾਵੇ। ਤਾਂ ਮੈਨੂੰ ਉਦੋਂ ਇਹ ਸਮਝ ਪੈ ਰਹੀ ਸੀਗੀ ਕਿ ਸਹਿਜ ਤੋਂ ਭਾਵ ਇਵੇਂ ਆ ਕਿ ਸਹਿਜੇ ਸਹਿਜੇ ਅਤੇ ਇੱਕ ਲੈ ਦੇ ਵਿੱਚ ਚੱਲਣ ਦੀ ਗੱਲ ਹੈਗੀ ਆ। ਸੋ ਆਪਾਂ ਇੱਕ ਗੱਲ ਮੇਰੀ ਤੁਸੀਂ ਸਮਝ ਲਓ ਜੀ, ਬਈ ਇਹ ਤਾਂ ਗੱਲ ਸਾਫ਼ ਹੈ ਨਾ ਕਿ ਮੇਰੇ ਬਾਪੂ ਜਿਹੜੇ ਨੇ ਹਾਂਜੀ ਬਹੁਤ ਗ੍ਰੇਟ ਨੇ, ਬਿਲਕੁਲ ਬਿਲਕੁਲ, ਮੈਨੂੰ ਸਿੱਖਿਆ ਦਿੱਤੀ ਹੈ ਪੂਰੀ, ਬਿਲਕੁਲ ਜੀ। ਸੋ ਅਗਲੇ ਪੁਆਇੰਟ 'ਤੇ ਆਵਾਂ ਜੀ ਮੈਂ, ਸਬਰ ਸ਼ੁਕਰ ਅਤੇ ਇਮਾਨਦਾਰੀ ਵਾਲਾ ਜੀਵਨ ਜੀਵੋ, ਕੀਤੇ ਨੂੰ ਜਾਣੋ ਅਤੇ ਧੰਨਵਾਦੀ ਹੋਣ ਦਾ ਮੌਕਾ ਹੱਥੋਂ ਨਾ ਕੋ। ਇਹਦੇ 'ਚ ਇਹ ਹੈ ਜੀ ਵੀ ਪਹਿਲਾਂ ਦੋ ਤਿੰਨ ਗੱਲਾਂ ਤਾਂ ਸਾਰੀ ਕਹੀ ਜਾਂਦੇ, ਦੁਬਾਰਾ ਬੋਲੋ। ਹਾਂਜੀ, ਉਹ ਕਹਿੰਦੇ ਸਬਰ ਸ਼ੁਕਰ ਅਤੇ ਇਮਾਨਦਾਰੀ ਇਮਾਨਦਾਰੀ, ਹਾਂਜੀ ਇਹ ਤਿੰਨੋਂ ਗੱਲਾਂ ਸਾਰੀ ਕਹਿੰਦੇ। ਹਾਂਜੀ ਬਿਲਕੁਲ ਜੀ, ਇਸ ਤੋਂ ਅੱਗੇ ਆਪਣਾ ਇਸ ਜਿਹੜੀ ਹੈਗੀ ਨੇ ਸੋਚ, ਕੀਤੇ ਨੂੰ ਜਾਣੋ ਅਤੇ ਧੰਨਵਾਦੀ ਹੋਣ ਦਾ ਮੌਕਾ ਹੱਥੋਂ ਨਾ ਗਵਾਓ। ਪਹਿਲਾਂ ਹੈਗਾ ਕੀਤੇ ਨੂੰ ਜਾਣੋ ਜੀ, ਥੈਂਕਫੁਲਨੈਸ ਦਾ ਨਾਂ ਦੁਨੀਆ 'ਚ ਦਿਸਦਾ ਕੋਈ ਕਰਕੇ ਰਹਿ ਜੀ ਨਾ, ਕਿਉਂਕਿ ਥੈਂਕਫੁਲ ਜਦੋਂ ਅਸੀਂ ਹੁੰਦੇ ਹਾਂ ਜੀ, ਜਦੋਂ ਕਿਸੇ ਦਾ ਸ਼ੁਕਰ ਕਰਦੇ ਹਾਂ ਜੀ, ਤਾਂ ਅੰਦਰ ਤੁਹਾਡੇ ਸ਼ਾਂਤੀ ਪੈਦਾ ਹੁੰਦੀ। ਬਿਲਕੁਲ, ਦੂਸਰੇ ਤੁਹਾਡੀ ਹੋਮ ਹੈ ਜਿਹੜੀ ਹੈ ਇੱਕ ਥਾਂ 'ਤੇ ਟਿਕਦੀ ਹੈ ਜੀ,
ਇਹ ਕੋਈ ਵੀ ਨਹੀਂ ਚਾਹੁੰਦਾ। ਬਿਲਕੁਲ ਜੀ, ਪਰ ਸਾਡੇ ਕੈਨੇਡਾ ਮੁਲਕ ਦਾ ਇਹ ਪਹਿਲਾ ਅੱਖਰ ਹੈ ਜੀ, ਥੈਂਕ ਯੂ, ਥੈਂਕਫੁਲ ਹੋਣਾ। ਜਦੋਂ ਅਸੀਂ ਇੰਡੀਆ ਤੋਂ ਆ ਕੇ ਇੱਥੇ ਦੇਖਦੇ ਹਾਂ, ਮੈਨੂੰ ਯਾਦ ਆ ਮੈਂ ਇੱਕ ਵਾਰੀ ਇੱਥੋਂ ਗਿਆ ਤਾਂ ਢਾਬੇ 'ਤੇ ਬੈਠੇ ਵੇਟਰ ਨੇ ਕੁਛ ਲਿਆ ਕੇ ਦਿੱਤਾ, ਮੈਂ ਉਹਨੂੰ ਥੈਂਕ ਯੂ ਕਿਹਾ ਤਾਂ ਮੇਰੇ ਨਾਲ ਜਿਹੜਾ ਸਾਡਾ ਰਿਸ਼ਤੇਦਾਰ ਇੰਡੀਆ ਵਾਲਾ ਬੈਠਾ ਸੀ ਉਹ ਕਹਿੰਦਾ ਇਹਨੂੰ ਧੰਨਵਾਦ ਕਰਨ ਦੀ ਲੋੜ। ਮੈਂ ਕਿਹਾ ਨਹੀਂ, ਇਹਨੇ ਆਪਣੀ ਕੋਈ ਸੇਵਾ ਕੀਤੀ ਆ, ਸਰਵ ਕੀਤਾ, ਆਪਣਾ ਫਰਜ਼ ਬਣਦਾ, ਆਪਣਾ ਆਪਣੇ ਮਨ 'ਚ ਥੋੜ੍ਹੀ ਨਿਵਰਤਾ ਆਈ ਉਹਦੇ ਨਾਲ ਅਤੇ ਉਹਨੂੰ ਚੰਗਾ ਲੱਗਿਆ, ਉਹਨੂੰ ਲੱਗਿਆ ਮੇਰੇ ਕੰਮ ਨੂੰ ਕਿਸੇ ਨੇ ਐਪਰੀਸ਼ੀਏਟ ਕੀਤਾ। ਸੋ ਧੰਨਵਾਦੀ ਹੋਣ ਦਾ ਮੌਕਾ ਹੱਥੋਂ ਨਾ ਗਵਾਓ। ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਥੈਂਕਸ ਕਰੋ ਜੀ, ਤਾਂ ਉਹ ਮੌਕਾ ਨਹੀਂ ਗੁੰਮ ਦੇਣਾ ਚਾਹੀਦਾ, ਜ਼ਰੂਰ ਕਰ, ਜਿਹੜਾ ਅਸੀਂ ਇਗਨੋਰ ਕਰਦੇ ਹਾਂ ਮੋਸਟ ਆਫ ਦਾ ਟਾਈਮ। ਬਿਲਕੁਲ ਜੀ, ਇਹ ਇਹਦੀ ਇਸ ਤਰ੍ਹਾਂ ਇਹਦੇ ਨਾਲ ਇਹ ਸਹਿਜ ਹੈ ਜੀ। ਠੀਕ ਹੈ, ਠੀਕ ਹੈ ਜੀ। ਪੰਜਵਾਂ ਪੁਆਇੰਟ 'ਤੇ ਆ ਗਏ ਜੀ ਅਸੀਂ, ਦੁਖੇ ਨਾਲ ਹਮਦਰਦੀ ਅਤੇ ਸੱਚੇ ਦੀ ਸਹਾਇਤਾ ਕਰਨ ਦਾ ਮੌਕਾ ਹੱਥੋਂ ਨਾ ਗਵਾਓ, ਪਰ ਬੁਰਿਆਂ ਨਾਲ ਹਮਦਰਦੀ ਸਹਾਇਤਾ ਤਾਂ ਸ਼ੈਤਾਨ ਦੇ ਹੱਥਾਂ ਵਿੱਚ ਖਿਡੌਣਾ ਬਣਨਾ ਹੈ, ਜੋ ਕਿ ਹਾਨੀਕਾਰਕ ਵੀ ਹੈ ਅਤੇ ਪਾਪ ਵੀ ਹੈ। ਇਹਦੇ 'ਚ ਪਹਿਲਾਂ ਤੈਨੂੰ ਸਮਝ ਲਈ ਜੀ, ਪਹਿਲੀ ਤਾਂ ਗੱਲ ਹੈਗੀ ਇਹ ਕਿ ਇਹਦੇ ਵਿੱਚ ਆਪਣਾ ਹੋ ਗਿਆ ਦੁਖੀ ਨਾਲ ਹਮਦਰਦੀ ਜੀ, ਇਹ ਹਿਊਮਨ ਸਿੰਪਥੀ ਵਾਲੀ ਸਿੰਪਲ ਗੱਲ ਹੈ ਜੀ। ਦੂਜਾ ਹੈਗਾ ਸੱਚੇ ਦੀ ਸਹਾਇਤਾ ਕਰਨ ਦਾ ਮੌਕਾ ਹੱਥੋਂ ਨਾ ਜਾਣ ਦਿਓ ਜੀ, ਇਹ ਤੋਂ ਆਪਾਂ ਖੁੰਝ ਜਾਂਦੇ ਐਸਕੇਪ ਕਰਦੇ ਹਾਂ। ਹੁਣ ਅਸੀਂ ਇੱਥੇ ਆਮ ਤੌਰ 'ਤੇ ਇਹ ਚੱਲਦੇ ਵੀ ਦੂਜਿਆਂ ਦੀ ਸਾਰਿਆਂ ਦੀ ਸਹਾਇਤਾ ਕਰੋ, ਪਰ ਤੁਸੀਂ ਨਾਲ ਕਿਹਾ ਕਿ ਸੱਚੇ ਦੀ ਸਹਾਇਤਾ ਕਰਨ ਦਾ ਮੌਕਾ ਹੱਥੋਂ ਨਾ ਗਵਾਓ। ਜਿਹੜਾ ਆਪਣਾ ਕੈਨੇਡਾ ਜੀ, ਇੰਡੀਆ ਦੇ ਵਿੱਚ ਤਾਂ ਹੁੰਦਾ ਵੀ ਉਹ ਗੁਰਦੁਆਰਾ ਸਾਹਿਬ ਤੋਂ ਹੁੰਦਾ, ਅਤੇ ਕੈਨੇਡਾ ਦੇ ਵਿੱਚ ਉਹ ਜਨਰਲ ਹੁੰਦਾ, ਉਹ ਅਸੀਂ ਜੀ ਉਹ ਹੁਣ ਜੀ ਫਲਾਂ ਇੱਥੇ ਜਾਣਾ, ਉੱਥੇ ਕਰਨ ਲਈ ਸਾਨੂੰ ਜਿਹੜੀ ਹੈਗੀ ਕੰਟਰੀਬਿਊਸ਼ਨ ਕਰੋ। ਹਾਂਜੀ ਹਾਂਜੀ ਹਾਂ। ਅਤੇ ਜਿਹੜੇ ਥੋੜ੍ਹੇ ਜਿਹੇ ਬਹੁਤੇ ਵੱਡੇ ਅਮੀਰ ਹੁੰਦੇ ਆ, ਉਹ ਕਹਿੰਦੇ ਆ ਉਹਨਾਂ ਨੇ ਫਲਾਂ ਦੀ ਆਨਰ ਦੇ ਵਿੱਚ ਕੀ ਕੀਤਾ, ਡਿਨਰ। ਹਾਂਜੀ, ਡਿਨਰ, ਡਿਨਰ ਦੀ ਇੱਕ ਪਲੇਟ ਦੀ ਕੀਮਤ ਹੈਗੀ $1,000। ਜੀ ਬਿਲਕੁਲ, ਠੀਕ ਹੈ। ਹਾਂਜੀ, ਹੁਣ ਇਹ ਅਮੀਰ ਆਦਮੀ ਦੀਆਂ ਠੱਗੀਆਂ ਨੇ, ਐਕਸਪਲੋਇਟੇਸ਼ਨ। ਬਿਲਕੁਲ ਜੀ, ਐਕਸਪਲੋਇਟੇਸ਼ਨ ਇੰਡੀਆ ਦੇ ਵਿੱਚ ਸਿੱਧੀ ਹੁੰਦੀ ਹੈ, ਇਹ ਐਕਸਪਲੋਇਟੇਸ਼ਨ ਟੇਢੇ ਤਰੀਕੇ ਨਾਲ, ਟੇਢੇ ਤਰੀਕੇ ਨਾਲ ਹੁੰਦੀ, ਠੀਕ ਹੈ। ਉਹਨਾਂ ਨੇ ਕਦੇ ਇਹ ਕਦੇ ਕਿਹਾ ਕਿ ਸਾਡੇ ਕੋਲ ਇੰਨੇ ਪੈਸੇ ਆ, ਅਸੀਂ ਉਹਨੇ ਖਰਚੇ ਨਹੀਂ, ਆਪਾਂ ਕਰੀਏ ਅਤੇ ਆਪਾਂ ਹੁਣ ਜਾ ਕੇ ਉੱਥੇ ਕਰਨਾ ਜੀ, ਉਹ ਕਰਨਾ ਉਹ ਕਰਨਾ। ਇਸ ਦੇ ਵਿੱਚ ਜਿਹੜਾ ਹੈਗਾ ਬੁਨਿਆਦੀ ਤੌਰ 'ਤੇ ਜਿਸ ਤਰ੍ਹਾਂ ਆਪਣੇ ਲੰਗਰ ਚੱਲਦੇ ਆ, ਹਾਂਜੀ, ਬਹੁਤ ਖੂਬਸੂਰਤ ਗੱਲ, ਹਾਂਜੀ, ਠੀਕ ਹੈ ਜੀ, ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਕੋਈ ਸਪੈਸ਼ਲ ਕੇਸ ਹੈ ਉਹਦੇ ਲਈ ਤੁਸੀਂ ਤਿਆਰੀ ਕਰਦੇ ਹੋ ਤਾਂ ਤੁਹਾਨੂੰ ਉਹਦੇ 'ਤੇ ਲਾਉਣਾ ਚਾਹੀਦਾ। ਨਾਲ ਤੁਸੀਂ ਲਿਖਿਆ ਜੀ ਇੱਕ ਕਿ ਬੁਰਿਆਂ ਨਾਲ ਹਮਦਰਦੀ ਸਹਾਇਤਾ ਤਾਂ ਸ਼ੈਤਾਨ ਦੇ ਹੱਥਾਂ ਵਿੱਚ ਖਿਡੌਣਾ ਬਣਨਾ ਹੈ, ਅਤੇ ਹਾਨੀਕਾਰਕ ਵੀ ਹੈ ਅਤੇ ਪਾਪ ਵੀ ਹੈ। ਇਹਦੇ 'ਚ ਨਾ ਇਹ ਗੱਲ ਬਿਲਕੁਲ ਮੈਂ ਨਹੀਂ ਮੰਨਦਾ, ਠੀਕ ਹੈ, ਅਤੇ ਜੱਗ ਦੇ ਵਿੱਚ ਇਹ ਗੱਲ ਬਿਲਕੁਲ ਨਹੀਂ ਮੰਨੀ ਜਾਂਦੀ। ਹੁਣ ਬੋਲੋ ਇਹਨੂੰ ਦੁਬਾਰਾ। ਹਾਂਜੀ, ਉਹ ਕਹਿੰਦੇ ਵੀ ਬੁਰਿਆਂ ਨਾਲ ਹਮਦਰਦੀ, ਬੁਰਿਆਂ ਦੇ ਨਾਲ ਹਮਦਰਦੀ ਜਾਂ ਸਹਾਇਤਾ, ਇਹਦਾ ਮਤਲਬ ਹੈ ਕਿ ਤੁਹਾਡੀ ਹਮਦਰਦੀ ਜਿਹੜੀ ਹੈਗੀ ਇਹ ਨਹੀਂ ਕਿ ਤੁਸੀਂ ਹਮਦਰਦੀ ਕਰਨੀ, ਤੁਸੀਂ ਇਹ ਦੇਖਣੀ ਤੁਸੀਂ ਹਮਦਰਦੀ ਕਿਹਦੀ ਕਰਨੀ। ਇੱਕ ਚੰਗਾ ਬੰਦਾ ਇੱਕ ਬੁਰਾ ਬੰਦਾ, ਉਹ 'ਚੋਂ ਤੁਹਾਡੀ ਚੋਇਸ ਕਿਹੜੀ ਹੈ। ਹਾਂ, ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਆਪਣੇ ਇੱਕ ਸਾਡੇ ਹੈਗਾ ਕਿ ਤੁਸੀਂ ਹਰ ਸੰਸਥਾ ਦੇ ਮੈਂਬਰ ਬਣਨਾ ਜੀ, ਆਗੂ ਨਹੀਂ ਬਣਨਾ, ਲੀਡਰ ਨਹੀਂ ਬਣਨਾ, ਅੱਛਾ ਜੀ, ਸਰਪੰਚ ਨਹੀਂ ਬਣਨਾ, ਸੀਨੀਅਰ ਸੈਟਿੰਗ 'ਚ ਆਉਂਦਾ ਵੀ ਸਰਪੰਚ ਨਹੀਂ ਬਣਨਾ, ਠੀਕ ਹੈ, ਕਿਉਂਕਿ ਸਰਪੰਚ ਦਾ ਕੰਮ ਇਹ ਨਹੀਂ ਹੁੰਦਾ ਵੀ ਜੋ ਉਹ ਕਹਿੰਦਾ ਠੀਕ ਮੰਨ ਉਹਨੂੰ ਕਰਦਾ, ਹਾਂਜੀ, ਜਿਹੜੇ ਲੋਕ ਕਹਿੰਦੇ ਉਹਨੂੰ ਮੰਨਦਾ, ਹਾਂਜੀ ਹਾਂਜੀ, ਜੇ ਉਹਨਾਂ ਦਾ ਮੁੰਡਾ ਕਤਲ ਵੀ ਕਰ ਦੇਵੇ, ਹਾਂਜੀ, ਤਾਂ ਉਹ ਕਹਿੰਦੇ ਨਹੀਂ ਜੀ ਇਹ ਤਾਂ ਮੁੰਡਾ ਉੱਥੇ ਹੈ ਨਹੀਂ ਸੀ, ਅਤੇ ਸਰਪੰਚ ਜਾ ਕੇ ਵੀ ਗਵਾਹੀ ਦੇਣ ਚਲੇ ਜਾਂਦੇ। ਬਿਲਕੁਲ ਬਿਲਕੁਲ, ਤਾਂ ਇਸ ਲਈ ਉਹਨੂੰ ਆਪਾਂ ਪੋਜ਼ੀਟਿਵ ਨਹੀਂ ਮੰਨਦੇ ਜਿੱਥੋਂ ਤੀਕਰ ਅਧਿਆਤਮਕਤਾ ਦਾ ਤਾਲਕ ਆ, ਠੀਕ ਹੈ ਜੀ, ਅਤੇ ਇਹਨੂੰ ਮੈਂ ਆਪਣੀ ਵਾਲੀ ਬੋਲੀ 'ਚ ਪਾਪ ਸਮਝਣਾ, ਠੀਕ ਹੈ ਜੀ, ਉਹ ਇਹ ਹੈ ਕਿਉਂਕਿ ਇਹ ਹੈ ਹੀ ਪਾਪ ਜਿਹਨੂੰ ਆਪਾਂ ਮੰਨਦੇ ਨਹੀਂ ਸੰਸਾਰਿਕਤਾ ਦੇ ਵਿੱਚ, ਬਿਲਕੁਲ, ਪਰ ਇਹ ਪੱਕਾ ਪਾਪ ਹੈ। ਅਗਲੇ ਪੁਆਇੰਟ 'ਤੇ ਜੀ, ਟਾਈਮ ਦੀ ਵੀ ਕਮੀ ਹੈਗੀ ਆਪਣੇ ਕੋਲ, ਕਹਿੰਦੇ ਦਾਨ ਹਮੇਸ਼ਾ ਲੋੜਵੰਦ ਤੱਕ ਸਿੱਧਾ ਪਹੁੰਚਾਓ ਅਤੇ ਭੁੱਲ ਜਾਓ। ਆਪਣੇ ਆਪ 'ਚ ਇੰਨੀ ਗੱਲ ਬਹੁਤ ਆ, ਇੰਨੀ ਗੱਲ ਆਪਣੇ ਆਪ 'ਚ ਬਹੁਤ ਹੈ। ਦਾਨ ਸਿੱਧਾ ਪਹੁੰਚਾਓ ਦਾ ਮਤਲਬ ਹੈਗਾ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਰਚੀ ਕਟਾਉਣ ਦੀ ਜਗ੍ਹਾ ਜੀ ਸਮਾਨ ਲਿਆ ਕੇ ਦੇ ਦਿਓ। ਤੁਸੀਂ ਜਿੱਥੇ ਦੇਖਦੇ ਹੋ ਆਪਣੇ ਨੌਰਥ, ਆਪਣੇ ਜਿਹੜਾ ਵੈਨਕੂਵਰ ਹੈਗਾ ਉੱਥੇ ਗਰੀਬ ਜੇ ਫਿਰਦੇ ਹੁੰਦੇ, ਪਤਾ ਨਹੀਂ ਕਿਹੜੀ ਖਾਸ ਜਗ੍ਹਾ ਕਹਿੰਦੇ, ਹਾਂ, ਤੁਸੀਂ ਉੱਥੇ ਜਾ ਕੇ ਆਪਣੇ ਦੇ ਦਿਓ, ਠੀਕ ਹੈ ਨਾ ਜੀ।
ਅਤੇ ਉਹ ਡਾਇਰੈਕਟ ਹੈਗੀ ਕਿਉਂਕਿ ਜੇ ਤੁਸੀਂ ਡਾਇਰੈਕਟ ਨਹੀਂ ਦਿੰਦੇ ਤਾਂ ਜਿਹੜਾ ਮਿਡਲ ਮੈਨ ਹੈ ਉਹ ਉਸ ਨੂੰ ਐਕਸਪਲੋਇਟ ਕਰਨ ਦਾ ਜਿਵੇਂ ਆਪਣੇ ਇੱਥੇ ਹੈਗਾ ਵੀ ਕਿਤਾਬਾਂ ਦਿਓ ਜੀ ਸਾਰੀਆਂ ਪੜ੍ਹਨ ਨੂੰ ਅਤੇ ਕੱਪੜੇ ਵੀ ਫਲਾਂ ਜਗ੍ਹਾ 'ਚ ਪਾਓ ਹਾਂਜੀ ਅਤੇ ਬਾਅਦ ਦੇ ਵਿੱਚ ਇਹ ਵੀ ਆਉਂਦਾ ਵੀ ਜਿਹੜੀਆਂ ਸਾਨੂੰ ਦਾਂ ਉਹ ਕਿਤਾਬਾਂ ਤੁਸੀਂ ਦਿੱਤੀਆਂ ਸੀ ਉਹਨੂੰ ਅਸੀਂ ਲੋਅ ਪ੍ਰਾਈਸ 'ਤੇ ਵੇਚਦੇ ਵੀ ਹਾਂ ਇਹ ਵੀ ਐਡ ਆਉਂਦੀ ਬਿਲਕੁਲ ਇਹ ਕੀ ਹੋਇਆ ਡਰਾਮਾ ਬਿਲਕੁਲ ਕਮਰਸ਼ਲਾਈਜ਼ ਹੋ ਗਿਆ ਨਾ ਬਿਲਕੁਲ ਜੀ ਅਤੇ ਇਸ ਲਈ ਤੁਹਾਨੂੰ ਚਾਹੀਦਾ ਜੋ ਦੇਣਾ ਤੁਸੀਂ ਡਾਇਰੈਕਟ ਦਿਓ ਇੱਕ ਤੁਸੀਂ ਲਿਖਿਆ ਜੀ ਦਾਨ ਨੂੰ ਹਮੇਸ਼ਾ ਆਪਣੀਆਂ ਕਾਨੂੰਨੀ ਹੱਦਾਂ ਅੰਦਰ ਰੱਖੋ ਇਹ ਹੈਗਾ ਜੀ ਕਿ ਫਲਾਂ ਸੀ ਜੀ ਇੱਕ ਰਿਸ਼ੀ ਉਹਨੇ ਫਲਾਂ ਨੂੰ ਕਿਹਾ ਕਿ ਤੂੰ ਸੈਕਰੀਫਾਈਸ ਕਰ ਦੇ ਤੂੰ ਆਪਣੇ ਮੁੰਡੇ ਦੀ ਨੂੰ ਦੇ ਜਾ ਹੈਂ ਜਾਂ ਗੁਰੂ ਇੱਕ ਮਿੱਥ ਜੋੜੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਨਾਲ ਜਦੋਂ ਉਹਨਾਂ ਨੇ ਗੁਰੂ ਦਾ ਆਪਣਾ ਸ਼ਾਗਿਰਦ ਚੁਣਨਾ ਸੀ ਸੈਕਿੰਡ ਪਾਤਸ਼ਾਹੀ ਨੂੰ ਉਹਨਾਂ ਨੇ ਕਿਹਾ ਚਲੋ ਵੀ ਚੱਲੀਏ ਲੈ ਵੀ ਆਹ ਪੁਰਾਣਾ ਮਾਸ ਲਓ ਵੀ ਸਾਰੇ ਖਾਓ ਜਿਹੜਾ ਖਾਊਗਾ ਉਹ ਮੇਰਾ ਚੇਲਾ ਹੋਊਗਾ ਇਹ ਜਿਹੜੀਆਂ ਫਜ਼ੂਲ ਜਿਹੀਆਂ ਗੱਲਾਂ ਨੇ ਇਹਨਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਠੀਕ ਹੈ ਜੀ ਅੱਗੇ ਬੋਲੋ ਨਾਲ ਅੱਗੇ ਸਥਾਨ ਵਿਅਕਤੀ ਅਤੇ ਸਥਿਤੀ ਬਾਰੇ ਵਿਚਾਰੇ ਬਿਨਾਂ ਧਨ ਦੇਣਾ ਦਾਨ ਨਹੀਂ ਹੁੰਦਾ ਇਹ ਇਹਦਾ ਇਹ ਹੈਗਾ ਕਿ ਤੁਸੀਂ ਆਪਣੇ ਵਿੱਤ ਅਨੁਸਾਰ ਦਿਓ ਜੀ ਜੇ ਮੈਂ ਦਾਨ ਦਿੰਦਾ ਜੀ ਤਾਂ ਮੇਰੀ ਜੋ ਮੈਂ ਦਾਨ ਦੇ ਵਿੱਚ ਦਿੰਦਾ ਉਸ ਦਾ ਤਾਲੁਕ ਮੇਰੇ ਬੱਚਿਆਂ ਨਾਲ ਮੇਰੀ ਵਾਈਫ ਨਾਲ ਮੇਰੇ ਬਜ਼ੁਰਗਾਂ ਦੇ ਨਾਲ ਮੇਰੀ ਸੁਸਾਇਟੀ ਦੇ ਨਾਲ ਵੀ ਹੈ ਜੀ ਮੇਰੇ ਫਿਊਚਰ ਨਾਲ ਵੀ ਹੈ ਜਿਹੜਾ ਪੈਸਾ ਦੇਣਾ ਮੈਨੂੰ ਲੋਕਾਂ ਦਾ ਗੁਲਾਮ ਬਣਾਉਂਦਾ ਹੈ ਜੀ ਜਿਹੜਾ ਪੈਸਾ ਦੇਣਾ ਮੈਨੂੰ ਮੇਰੇ ਬੱਚਿਆਂ ਦਾ ਅਤੇ ਮੇਰੇ ਮਾਂ ਬਾਪ ਦਾ ਦੁਸ਼ਮਣ ਬਣਾਉਂਦਾ ਉਹ ਦਾਨ ਨਹੀਂ ਹੁੰਦਾ ਕਿਆ ਬਾਤ ਹੈ ਜੀ ਸੋ ਡਾਕਟਰ ਸਾਹਿਬ ਗੱਲਬਾਤ ਅੱਗੇ ਚਲਾਈ ਜੀ ਆਪ ਜੀ ਦਾ ਸੱਤਵਾਂ ਪੁਆਇੰਟ ਹੈਗਾ ਕਾਮ ਕ੍ਰੋਧ ਲੋਭ ਮੋਹ ਅਤੇ ਸੰਸਾਰ ਦੀ ਮਾਇਆ ਨੂੰ ਥਾਂ ਟਿਕਾਵੋ ਸੋਚ ਵਿਚਾਰ ਪਿੱਛੋਂ ਹੀ ਜੱਗ ਦੀ ਕਾਰ ਕਰੋ ਧਰਮ ਨੂੰ ਪਿਆਰ ਕਰੋ ਅਤੇ ਧੜੇ ਦੇ ਮੋਹ ਨੂੰ ਤਿਆਗੋ ਇਹ ਗੱਲ ਜੇ ਇਕੱਲੀ ਮੰਨ ਲਈ ਜਾਵੇ ਜੀ ਤਾਂ ਜਿਹੜਾ ਮੇਰਾ ਮਿਸ਼ਨ ਹੈਗਾ ਉਹ ਪੂਰਾ ਹੋ ਜਾਂਦਾ ਅੱਛਾ ਜੀ ਹੁਣ ਇਹਨੂੰ ਬੋਲੋ ਇੱਕ ਇੱਕ ਕਰ ਕਾਮ ਕ੍ਰੋਧ ਲੋਭ ਮੋਹ ਅਤੇ ਸੰਸਾਰ ਦੀ ਮਾਇਆ ਨੂੰ ਥਾਂ ਟਿਕਾਓ ਥਾਂ ਟਿਕਾਓ ਮੈਂ ਇਹ ਨਹੀਂ ਕਿਹਾ ਕਾਮ ਨੂੰ ਛੱਡੋ ਮੈਂ ਨਹੀਂ ਕਿਹਾ ਮੋਹ ਨੂੰ ਛੱਡੋ ਠੀਕ ਹੈ ਹਾਂਜੀ ਮੈਂ ਇਹ ਨਹੀਂ ਕਿਹਾ ਸੰਸਾਰ ਦੀ ਮਾਇਆ ਨੂੰ ਛੱਡੋ ਜੀ ਕਿਉਂਕਿ ਇਹ ਤਿੰਨ ਚੀਜ਼ਾਂ ਕਹਿ ਕੇ ਧਰਮਵਾਦ ਦੇ ਜਿਹੜੇ ਠੇਕੇਦਾਰ ਨੇ ਜਿਹਨਾਂ ਆਪਾਂ ਲਫ਼ਜ਼ ਮੈਂ ਵੱਡਾ ਯੂਜ਼ ਕੀਤਾ ਬਿਲਕੁਲ ਹਾਂਜੀ ਭਾਰਾ ਵਾਲਾ ਲਫ਼ਜ਼ ਹੈ ਹਾਂਜੀ ਤਾਂ ਟ੍ਰੈਡੀਸ਼ਨਲ ਰਿਲੀਜਨ ਜਿਹੜਾ ਹੈ ਬਿਲਕੁਲ ਉਹ ਇਹਨਾਂ ਨੂੰ ਦੇ ਕੇ ਉਹਨਾਂ ਨੂੰ ਐਕਸਪਲੋਇਟ ਕਰਦਾ ਥਾਂ ਟਿਕਾਓ ਦਾ ਮਤਲਬ ਹੈ ਕਿ ਤੁਸੀਂ ਅਸੈਸ ਕਰ ਲੈਣਾ ਕਿ ਮੈਨੂੰ ਕਿੰਨਾ ਕਰਨਾ ਚਾਹੀਦਾ ਕਿੰਨੇ ਤੋਂ ਬਚਣਾ ਚਾਹੀਦਾ ਉਹਦੀਆਂ ਲਿਮਿਟਸ ਰੱਖ ਲਿਮਿਟਸ ਠੀਕ ਹੈ ਜੀ ਠੀਕ ਹੈ ਜੀ ਧਰਮ ਨੂੰ ਪਿਆਰ ਕਰੋ ਅਤੇ ਧੜੇ ਦੇ ਮੋਹ ਨੂੰ ਤਿਆਗੋ ਧਰਮ ਨੂੰ ਪਿਆਰ ਕਰੋ ਦਾ ਮਤਲਬ ਹੈਗਾ ਇਹ ਕਿ ਧਰਮ ਤੋਂ ਮਤਲਬ ਜਿਹੜਾ ਧਰਮ ਮੇਰੇ ਵਾਲਾ ਠੀਕ ਹੈ ਆਪਾਂ ਮਾਡਰਨ ਰਿਲੀਜਨ ਦੇ ਵਿੱਚ ਕਰਦੇ ਹਾਂ ਇਹ ਸਮੁੱਚੀ ਦੁਨੀਆ ਦੇ ਲਈ ਹੈ ਠੀਕ ਹੈ ਅਤੇ ਹਰ ਇੱਕ ਥਾਂ ਦੇ ਉੱਤੇ ਉਹਨੂੰ ਉੱਥੋਂ ਦੀਆਂ ਸਮਾਜਿਕ ਲੋੜਾਂ ਅਨੁਸਾਰ ਥੋੜ੍ਹਾ ਥੋੜ੍ਹਾ ਬਦਲਦਾ ਵੀ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਇਹ ਹੈਗਾ ਧਰਮ ਦਾ ਮਤਲਬ ਹੁੰਦਾ ਕਿ ਤੁਸੀਂ ਜਿਹੜਾ ਪੋਜ਼ਿਟਿਵ ਆਸਪੈਕਟ ਹੈ ਲਾਈਫ ਦਾ ਹਾਂਜੀ ਜਿਹਦੇ ਨਾਲ ਜ਼ਿੰਦਗੀ ਤਰੱਕੀ ਵੀ ਕਰਦੀ ਹੈ ਅਤੇ ਖੁਸ਼ ਵੀ ਬਣਦੀ ਹੈ ਅਤੇ ਪ੍ਰੋਸਪਰ ਵੀ ਕਰਦੀ ਹੈ ਉਹ ਜਿਹੜਾ ਸਾਰਾ ਕੁਛ ਹੈਗਾ ਉਹ ਧਰਮ ਹੈਗਾ ਠੀਕ ਹੈ ਅਤੇ ਉਹੀ ਧਰਮ ਦਾ ਕਰਮ ਹੈਗਾ ਜੀ ਬਿਲਕੁਲ ਠੀਕ ਹੈ ਪਿੱਛੇ ਆਪਾਂ ਉਹ ਧਰਮ ਦੇ ਉੱਤੇ ਬਿਲਕੁਲ ਡਿਫਾਈਨ ਵੀ ਕੀਤਾ ਸੀ ਉਸ ਧਰਮ ਨੂੰ ਮੰਨੋ ਅਤੇ ਧੜੇ ਦੇ ਮੋਹ ਤੋਂ ਤਿਆਗ ਕਰੋ ਹਾਂ ਇਹ ਹੈਗਾ ਇਹ ਕਿ ਜਿਹੜਾ ਧੜਾ ਹੈਗਾ ਪਹਿਲਾ ਧੜਾ ਤੁਹਾਡਾ ਹੁੰਦਾ ਘਰ ਉਹਦੇ ਪੱਖ 'ਚ ਬੋਲਦੇ ਆ ਆਪਣੇ ਕਦੋਂ ਕੋਈ ਆਪਣੇ ਮੁੰਡੇ ਨੂੰ ਕੋਈ ਮਾੜਾ ਨਹੀਂ ਕਹਿੰਦਾ ਹਾਂਜੀ ਬਿਲਕੁਲ ਅਤੇ ਜੇ ਵੱਧ ਤੋਂ ਵੱਧ ਕਰੀਏ ਜੇ ਉਹਨੇ 6 ਕਤਲ ਕੀਤੇ ਹੁਣ ਅਸੀਂ ਚੁੱਪ ਜਿਹਾ ਕਰ ਦਿੰਦੇ ਹਾਂ ਠੀਕ ਹੈ ਜੀ ਬਿਲਕੁਲ ਸਹੀ ਹੈ ਠੀਕ ਹੈ ਅਤੇ ਇਸੇ ਤਰ੍ਹਾਂ ਦਾ ਹੁੰਦਾ ਹੈਗਾ ਕੌਮ ਦਾ ਜੀ ਇਸੇ ਤਰ੍ਹਾਂ ਦਾ ਤੁਹਾਡੇ ਰਿਲੀਜਨ ਦਾ ਹਾਂਜੀ ਬਿਲਕੁਲ ਠੀਕ ਹੈ ਜੀ ਅਤੇ ਆਪਾਂ ਇੱਕ ਗੱਲ ਹੁੰਦੀ ਆ ਉਹ ਉਹਦੇ ਪਿੱਛੇ ਲੱਗੇ ਹੋਏ ਹਾਂ ਉਹਨੂੰ ਸੋਚਦੇ ਨਹੀਂ ਵੀ ਗੱਲ ਕਿੱਥੋਂ ਦੇ ਕਿੱਥੇ ਠੀਕ ਹੈ ਜੀ ਇਸ ਲਈ ਧੜਾ ਜਿਹੜਾ ਹੈਗਾ ਉਹ ਸਾਨੂੰ ਧਰਮ ਤੋਂ ਮੋੜਦਾ ਅਤੇ ਝੂਠ ਵੱਲ ਪ੍ਰੇਰਦਾ ਤਾਂ ਜੇ ਆਪਾਂ ਮੇਰੇ ਵਾਲੀ ਬੋਲੀ 'ਚ ਬੋਲੀਏ ਤਾਂ ਧਰਮ ਜੋ ਹੈ ਇਹ ਖੁਦਾਈ ਹੈ ਅਤੇ ਜਿਹੜਾ ਧੜਾ ਹੈ ਉਹ ਸ਼ੈਤਾਨੀਅਤ ਹੈ ਸ਼ੈਤਾਨੀਅਤ ਠੀਕ ਹੈ ਅੱਗੇ ਚਲੀ ਜੇ ਰੱਬ ਅਤੇ ਜੱਗ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪਿਆਰ ਨਾਲ ਨਿਭਾਓ ਹਾਂ ਇੰਨੀ ਗੱਲ ਆਪਣੇ 'ਚ ਬਹੁਤ ਹੈ ਜੱਗ ਅਤੇ ਰੱਬ ਹਾਂਜੀ ਇਹਦੇ 'ਚ ਇੱਕ ਨਾ ਤੁਸੀਂ ਅਨੁਪਾਤ ਇਸਟੈਬਲਿਸ਼ ਕਰਨਾ ਹੈ ਅੱਛਾ ਵੀ ਤੁਸੀਂ ਕਿੰਨਾ ਕੁ ਜੱਗ ਨੂੰ ਮੰਨਣਾ ਅਤੇ ਕਿੰਨਾ ਕੁ ਤੁਸੀਂ ਰੱਬ ਨੂੰ ਦਿਓ ਹੋਣਾ ਠੀਕ ਹੈ
ਇਹਦੇ 'ਚ ਇਹ ਹੈਗਾ ਕਿ ਆਪਾਂ ਜੋ ਦੁਨੀਆ 'ਚ ਆਏ, ਪਿੱਛੇ ਵੀ ਆਪਾਂ ਇਹਨੂੰ ਡਿਸਕਸ ਕਰ ਰਹੇ, ਮੈਂ ਹਰ ਵਾਰ ਕਰਦਾ, ਹਾਂਜੀ, ਮੈਂ ਕਹਿੰਦਾ ਕਿ ਜਿਹੜੀਆਂ ਸਾਡੀਆਂ ਸਾਨੂੰ ਆਪਣੇ ਆਪ ਨੂੰ ਹੱਦਬੰਦ ਕਰ ਲੈਣਾ ਚਾਹੀਦਾ, ਸੀਮਿਤ ਕਰਨਾ ਚਾਹੀਦਾ ਬੇਸਿਕ ਨੀਡਸ ਤੱਕ ਜੀ, ਉਸ ਤੋਂ ਅੱਗੇ ਸਾਡਾ ਕੁਛ ਨਹੀਂ। ਉਹ ਤੁਹਾਡੇ ਸਵਾਦਾਂ ਦੇ ਵਿੱਚ ਵੀ ਹੈ, ਉਹ ਤੁਹਾਡੇ ਪਹਿਰਾਵੇ ਦੇ ਵਿੱਚ ਵੀ ਹੈ, ਉਹਦੇ ਤੁਹਾਡੇ ਬਿਹੇਵੀਅਰ ਦੇ ਵਿੱਚ ਵੀ ਹੈ, ਉਹ ਤੁਹਾਡੀ ਬੋਲੀ ਦੇ ਵਿੱਚ ਵੀ। ਅਤੇ ਇਸ ਨੂੰ ਪਿਆਰ ਨਾਲ ਮੰਨੋ, ਇਹ ਨਹੀਂ ਕਹਿਣਾ ਵੀ ਜੱਗ ਜਿਹੜਾ ਮਾੜਾ ਹੁੰਦਾ, ਆਪਾਂ ਕਹਿੰਦੇ ਹੱਦੋਂ ਵੱਧ ਜੱਗ ਮਾੜਾ ਹੁੰਦਾ। ਹਾਂਜੀ, ਨਾਲ ਤੁਸੀਂ ਕਦੇ ਵਿਸਲੇ ਨਾ ਹੋਵੋ। ਇਹ ਹੈ ਜੀ ਵੀ ਵਿਸਲੇ ਨਾ ਹੋਵੋ, ਜਿਹੜਾ ਹੈਗਾ ਸ਼ੈਤਾਨ, ਇਹਨੇ ਤਾਂ ਜੇ ਆਪਾਂ ਇੱਕ ਮਿੱਥ ਹੈਗੀ ਜੀ, ਕ੍ਰਿਸਚਨ ਮਿੱਥ ਹੈ ਬਈ, ਰੱਬ ਨੇ ਕਿਹਾ ਬਈ ਆਪਾਂ ਆਪਣੇ ਬਾਗ ਦੇ ਵਿੱਚ ਅਤੇ ਖਿਡੌਣੇ ਜੇ ਬਣਾ ਲਈਏ, ਉਹਨੇ ਬਣਾ ਲਏ ਇੱਕ ਬੰਦਾ ਅਤੇ ਇੱਕ ਬੰਦੀ, ਆਦਮੀ ਅਤੇ ਔਰਤ, ਬਿਲਕੁਲ ਐਡਮ ਐਂਡ ਈਵ। ਹਾਂਜੀ, ਉਹਨੇ ਕਿਹਾ ਚੱਲ ਠੀਕ ਆ ਖੇਡੀ ਜਾਓ, ਅਤੇ ਉਹਨਾਂ ਨੇ ਉਹਨੂੰ ਇਹ ਵੀ ਕਿਹਾ ਬਈ ਧਿਆਨ ਰੱਖਿਓ ਬਈ ਉਹ ਫਲ ਨਾ ਤੋੜਿਓ। ਸੰਕੇਤਕ ਚੀਜ਼ ਸੀ, ਸੰਕੇਤਕ ਚੀਜ਼ ਹੈ, ਇਹਨੂੰ ਆਪਾਂ ਆਪਾਂ ਵਰਤਦੇ ਹਾਂ ਇਹਨੂੰ। ਹਾਂਜੀ ਹਾਂਜੀ, ਤਾਂ ਜਿਹੜਾ ਸੀਗਾ ਸ਼ੈਤਾਨ ਜੀ, ਉਹ ਸਨੇਕ ਦੇ ਰੂਪ 'ਚ ਆਇਆ, ਹਾਂਜੀ, ਸੱਪ ਦੇ ਰੂਪ 'ਚ ਆਇਆ, ਉਹਨੇ ਜਿਹੜੀ ਕਿਤੇ ਔਰਤ ਸੀ ਉਹਦੇ ਕੰਨ 'ਚ ਫੂਕਤਾ ਬਈ ਉਹ ਜਿਹੜਾ ਫੋਰਬਿਡਨ ਫਰੂਟ ਹੈ, ਹੈਂ, ਉਹਦਾ ਸਵਾਦ ਦੇਖ। ਅੱਛਾ ਜੀ, ਠੀਕ ਹੈ, ਅਤੇ ਉਹਨੇ ਕਿਹਾ ਬਈ ਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਮੈਨੂੰ ਉਹ ਖੜਾ, ਉਹ ਖਵਾ। ਠੀਕ ਹੈ ਜੀ, ਠੀਕ ਹੈ ਨਾ, ਹਾਂਜੀ, ਉਹ ਉਸਦੇ ਚੱਕਰ 'ਚ ਫਸ ਗਿਆ। ਨਾ ਤਾਂ ਜਾਗਰਤ ਅਤੇ ਵਿਸਲਾ ਰਿਹਾ ਉਹ ਕੁੜੀ, ਹਾਂਜੀ, ਬਈ ਸੋਰੀ ਦੇ ਮੋਜਾਂ ਇੱਥੇ ਕਰਦੇ ਆ, ਆਰਾਮ ਨਾਲ ਰੱਬ ਲਿਆ ਇਹ ਪਾਉਂਦਾ, ਉਹਨੇ ਕਿਹਾ ਭੱਜ ਭਰੇ, ਤੁਹਾਨੂੰ ਐਕਸਪਲੈਟ ਕਰਦਾ। ਹਾਂਜੀ, ਉਹਨੇ ਕਹਿੰਦੀ ਸਵਾਦ ਦੇਖਦੇ ਆ, ਸਵਾਦਾਂ ਦੀ ਪੱਟੀ ਹੋਈ ਨੇ ਆਪਣਾ ਘਰ ਵਾਲਾ ਪੱਟਦਾ। ਠੀਕ ਹੈ ਨੀ, ਜਾਗਰਤ ਰਹਿਣ ਦਾ ਮਤਲਬ ਇਹ ਹੈਗਾ ਕਿ ਕੁਛ ਨਹੀਂ ਪਤਾ, ਇਹ ਜਿਹੜਾ ਚੋਰ, ਇਹ ਜਿਹੜਾ ਡਾਕੂ ਜੀ, ਇਹ ਜਿਹੜਾ ਸੋ ਕਾਲਡ ਮਿੱਤਰ ਹੈ, ਤੁਹਾਨੂੰ ਡੰਗ ਮਾਰੂ। ਹਾਂਜੀ, ਨਾਲ ਦੀ ਨਾਲ ਲਿਖਿਆ ਜੀ, ਕਹਿੰਦੇ ਇਹ ਨਾ ਹੋਵੇ ਕਿ ਸੰਸਾਰਕਤਾ ਤੁਹਾਨੂੰ ਵਿਛੜੇ ਪਾ ਕੇ ਤੁਹਾਡੇ ਨੱਕ ਵਿੱਚ ਨੱਥ ਪਾ ਲਵੇ। ਹਾਂ, ਉਹ ਇੱਕ ਨਾ ਗੱਲ ਮੈਨੂੰ ਕਹਿ ਲੈਣ ਦੋ, ਦੁਬਾਰਾ ਕਰੋ। ਹਾਂਜੀ, ਉਹ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਸੈਕੰਡ ਪਦ ਪਾਸ਼ੇ ਦੇ। ਹਾਂਜੀ ਹਾਂਜੀ, ਜਾਂ ਦਾਣੇ ਤਾਂ ਤਾਂ ਖਾਣੇ ਨਾਨਕ ਸੱਚੇ। ਇਹ ਮੈਨੂੰ ਨੱਥ ਕਰਕੇ ਯਾਦ ਆ ਗਈ। ਹਾਂਜੀ, ਨੱਥ ਦਾ ਮਤਲਬ ਇਹ ਹੈਗਾ ਕਿ ਤੁਸੀਂ ਮਾਇਆ ਨੂੰ ਆਪਣੀ ਜੇਬ 'ਚ ਪਾ ਕੇ ਚੱਲੋ, ਉਸ ਨੂੰ ਰਿੱਛ ਵਾਂਗੂ ਤੁਹਾਡੇ ਗਲ ਦੇ ਵਿੱਚ ਰੱਸਾ ਪਾ ਕੇ ਅੱਗੇ ਤੋਰਨ ਨਾ ਦਿਓ। ਕਿਆ ਬਾਤ ਹੈ ਜੀ, ਬਹੁਤ ਖੂਬ, ਇਹਦਾ ਇਹ ਮਤਲਬ ਹੈ। ਠੀਕ ਹੈ, ਅਗਲੇ ਪੁਆਇੰਟ 'ਤੇ ਆਈਏ ਜੀ, ਆਪਣੇ ਸਮੇਂ ਦੇ ਰੰਗ ਅਤੇ ਢੰਗ ਅਪਣਾਓ, ਪਰ ਸਦਾਚਾਰਕ ਸੁਚੱਜਤਾ ਦੀਆਂ ਹੱਦਾਂ 'ਚ ਰਹਿ ਕੇ ਸਦਾ ਖਬਰਦਾਰ ਅਤੇ ਪੂਰੇ ਹੁਸ਼ਿਆਰ ਰਹੋ। ਇਹ ਅਧਿਆਤਮ ਦੇ ਵਿੱਚ ਬਹੁਤ ਵੱਡੀ ਸਾਵਧਾਨੀ ਹੈ ਜੀ। ਇਹ ਉਹ ਜਗ੍ਹਾ ਹੈ ਜਿੱਥੇ ਆ ਕੇ ਆਮ ਤੌਰ 'ਤੇ ਹਰ ਇੱਕ ਬੰਦਾ ਕਿਤੇ ਨਾ ਕਿਤੇ ਜਾ ਕੇ ਧੋਖਾ ਖਾ ਜਾਂਦਾ। ਇਸ ਤੋਂ ਆਪਣੇ ਆਪ 'ਤੇ ਪਹਿਰਾ ਦਿਓ। ਠੀਕ ਹੈ, ਆਪਣੇ ਆਪ 'ਤੇ ਪਹਿਰਾ ਦਿਓ ਜੀ, ਹੁਣ ਬੋਲੋ ਜੀ ਕੀ ਕੀ। ਹਾਂਜੀ, ਆਪਣੇ ਸਮੇਂ ਦੇ ਰੰਗ ਅਤੇ ਢੰਗ ਨੂੰ ਅਪਣਾਓ। ਪਹਿਲੀ ਗੱਲ ਇਹ ਹੈ ਕਿ ਜਿਸ ਸੁਸਾਇਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਜੀ, ਤੁਸੀਂ ਉੱਥੇ ਉਸ ਤਰ੍ਹਾਂ ਦੇ ਰੰਗ ਢੰਗ ਅਪਣਾਓ। ਠੀਕ ਹੈ ਜੀ, ਠੀਕ ਹੈ ਜੀ। ਹੁਣ ਆਪਾਂ ਚਲੋ ਆਪਾਂ ਇੰਡੀਆ ਤੋਂ ਛੱਡ ਕੇ ਹੁਣ ਕੈਨੇਡਾ 'ਚ ਆ ਗਏ ਜੀ। ਕੈਨੇਡਾ 'ਚ ਆ ਗਏ। ਹਾਂਜੀ, ਕੈਨੇਡਾ 'ਚ ਦੇ ਵਿੱਚ ਜੇ ਆ ਗਏ ਤਾਂ ਜੇ ਆਪਾਂ ਕਹੀਏ ਵੀ ਸਵੇਰੇ ਉੱਠ ਕੇ ਥੋੜ੍ਹੇ ਆਊਟ ਆਫ ਦੀ ਵੇ ਗੱਲ ਕਰਦੇ ਹਾਂ, ਬਈ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੋ, ਗੁਰੂ ਮਹਾਰਾਜ ਜਾ ਕੇ ਮੱਥਾ ਟੇਕੋ, ਫਿਰ ਕੰਮ 'ਤੇ ਜਾਓ, ਚਲੇ ਜਾਓ ਜੀ। ਔਖਾ ਜੀ, ਇੱਥੋਂ ਦੇ ਸਿਸਟਮ 'ਚ ਔਖਾ। ਠੀਕ ਹੈ ਨਾ, ਬਿਲਕੁਲ ਜੀ। ਅਤੇ ਬਾਬਾ ਨਾਨਕ ਜਿਹੜੇ ਜਿਵੇਂ ਅਸੀਂ ਲੋਕ ਮੰਨਦੇ, ਦਿਲ ਮੰਗਦਾ ਜੀ, ਬਣਾਵਟ ਨਹੀਂ ਮੰਗਦਾ, ਪਹਿਰਾਵਾ ਨਹੀਂ ਮੰਗਦਾ, ਬਾਣਾ ਨਹੀਂ ਮੰਗਦਾ। ਬਿਲਕੁਲ ਜੀ, ਬਿਲਕੁਲ ਜੀ। ਉਹ ਦੇਖਦਾ ਕਿ ਅੰਦਰੋਂ ਤੂੰ ਸੁੱਚਾ ਹੈਗਾ ਤਾਂ ਤੂੰ ਸੁੱਚਾ ਹੈ। ਬਿਲਕੁਲ ਸਹੀ। ਅਤੇ ਬਾਹਰ ਤੋਂ ਸਾਫ਼ ਸੁਥਰੇ ਜੇ ਹੋਣ ਨੂੰ ਇੰਨੀ ਅਹਿਮੀਅਤ ਨਹੀਂ ਦੇਣੀ ਚਾਹੀਦੀ। ਬਿਲਕੁਲ, ਉਹ ਜਿਵੇਂ ਤੱਪੜਾਂ 'ਤੇ ਅਤੇ ਕੁਰਸੀਆਂ ਦਾ ਰੌਲਾ ਤੁਹਾਡੇ ਪਿਆ। ਠੀਕ ਹੈ ਜੀ, ਇੱਕ ਦੂਜੀ ਕੀ ਸੀ? ਦੂਜਾ ਹੈ ਸਦਾਚਾਰਕ ਸੁਚੱਜਤਾ ਦੀਆਂ ਹੱਦਾਂ 'ਚ ਰਹਿ ਕੇ ਇਹਨੂੰ ਅਪਣਾਓ ਜੀ। ਪਰ ਇੱਕ ਹੱਦ ਹੈਗੀ, ਜਿਸ ਹੱਦ ਦੇ ਉੱਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਲਿਮਿਟ ਕਰਨਾ, ਉਹ ਹੈਗਾ ਕਿ ਸਦਾਚਾਰ ਜਿਹੜਾ ਹੈਗਾ ਜੀ, ਸੱਚ ਅਤੇ ਸੁੱਚ ਦਾ ਜਿਹੜਾ ਵਿਵਹਾਰ ਅਤੇ ਬੰਦੇ ਦੀ ਬੋਲਣੀ ਚੱਲਣੀ ਹੈ, ਬਿਲਕੁਲ ਜੀ,
ਉਸ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ। ਬਿਲਕੁਲ ਜੀ, ਬਾਣੀ 'ਚ ਵੀ ਕਿਹਾ ਜੀ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਹੁਣ ਗੱਲ ਹੈਗੀ ਇਹ ਵੀ ਤੁਸੀਂ ਜੇ ਸੰਨਵਾਦ ਲੈਣੇ ਤੁਹਾਡਾ, ਸਾਡੇ ਤਾਂ ਹੁੰਦਾ ਨਹੀਂ, ਸਾਡਾ ਤਾਂ ਨਿੱਤ ਸੰਨਵਾਦ ਹੋਇਆ ਰਹਿੰਦਾ ਹੈਂਜੀ ਹਾਂਜੀ। ਤਾਂ ਤੁਸੀਂ ਜੇ ਬੀਚ 'ਤੇ ਪੈਂਦੇ ਹੋ ਹਾਂਜੀ, ਤਾਂ ਤੁਸੀਂ ਦੇਖਣਾ ਸਦਾਚਾਰ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਓਨਾ ਕੁ ਨਗੇਜ ਅਡਾਪਟ ਕਰ ਲਓ ਜਿਹੜਾ ਦੂਜਿਆਂ ਨੂੰ ਤੁਹਾਡੀ ਸਪੈਸ਼ਲ ਨਜ਼ਰ ਨਾ ਖਿੱਚੇ। ਬਿਲਕੁਲ ਜੀ, ਬਿਲਕੁਲ ਜੀ, ਸਦਾ ਖਬਰਦਾਰ ਅਤੇ ਪੂਰੇ ਹੁਸ਼ਿਆਰ ਰਹੋ। ਬਿਲਕੁਲ ਠੀਕ ਹੈ ਜੀ, ਪਹਿਰਾ ਦਿਓ ਆਪਣੇ ਆਪ 'ਤੇ। ਅਗਲੇ ਪੁਆਇੰਟ 'ਤੇ ਆਵਾਂ ਜੀ ਮੈਂ, ਆਪਣੀਆਂ ਸੁਭਾਵਨਾਵਾਂ ਨੂੰ ਸਮਝੋ ਅਤੇ ਸਾਕਾਰ ਕਰੋ। ਆਪਣੇ ਗੁਣ ਔਗਣ ਅਤੇ ਚੰਗਿਆਈਆਂ ਬੁਰਾਈਆਂ ਆਦਤਾਂ, ਚੰਗੀਆਂ ਬੁਰੀਆਂ ਆਦਤਾਂ ਦੀ ਸੂਚੀ ਵੀ ਤਿਆਰ ਕਰੋ। ਇਹ ਹੈਗਾ, ਇਹਨੂੰ ਸੈਲਫ ਡਿਸਿਪਲਿਨ ਵੀ ਕਹਿੰਦੇ ਆ, ਸੈਲਫ ਕੰਟਰੋਲ ਵੀ ਕਹਿੰਦੇ ਆ, ਸੈਲਫ ਦੀ ਨੌਲੇਜ ਵੀ ਕਹਿੰਦੇ ਆ ਜੀ। ਇਹ ਆਪਣੇ ਆਪ ਦੇ ਬਾਰੇ ਬੰਦੇ ਨੂੰ ਸਪਸ਼ਟ ਹੋਣਾ ਚਾਹੀਦਾ ਅਤੇ ਤੁਸੀਂ ਲੋਕ ਬਹੁਤ ਜ਼ੋਰ ਦਿੰਦੇ। ਇਹਦੇ 'ਚ ਇਹ ਹੈ ਕਿ ਜਿਹੜੀ ਬੰਦੇ ਦੀ ਹੁੰਮ ਹੈ ਜੀ, ਉਹ ਉਸ ਨੂੰ ਆਪਣਾ ਸੱਚ ਸਮਝਣ ਦੇ ਉੱਤੇ ਰੋਕ ਲਾਉਂਦੀ ਅਤੇ ਜੇ ਤੁਸੀਂ ਗੁਰੂ ਦੀ ਮਿਹਰ ਹੋਵੇ ਅਤੇ ਤੁਸੀਂ ਸਹਿਜ ਸਮਾਧੀ ਦੇ ਵਿੱਚ ਉਤਰਨਾ ਸਿੱਖ ਜਾਓ ਜੀ, ਤਾਂ ਤੁਹਾਡੇ ਅੰਤਕਰਨ ਦਾ ਤੁਹਾਨੂੰ ਗਿਆਨ ਹੋ ਜਾਂਦਾ। ਜਿਹੜੀ ਆਪਾਂ ਮੈਂ ਸਟੱਡੀ ਕਰਦਾ ਹੈਗਾ ਨਾ ਐਗਜ਼ਿਸਟੈਂਸ਼ੀਅਲਿਜ਼ਮ ਦੀ, ਉਹਦੇ ਵਿੱਚ ਇਹ ਹੈ ਕਿ ਬੰਦੇ ਦਾ ਮਨ ਜੇ ਉਹਦੀ ਨੌਲੇਜ ਹੈ ਤਾਂ ਉਹਦੀ ਸਭ ਤੋਂ ਵੱਧ ਆਪਣੇ ਆਪ ਨੂੰ ਹੁੰਦੀ ਹੈ। ਉਹ ਤਾਂ ਆਉਂਦੀ ਹੈ ਜਦੋਂ ਅਸੀਂ ਆਪਣਾ ਉਹ ਪ੍ਰਰੂਪ ਸੋਸ਼ਲ ਜਿਹੜੀਆਂ ਸਾਡੇ 'ਤੇ ਲਾਗੂ ਹੁੰਦੇ ਲਾਸ ਜੀ, ਅਤੇ ਆਪਣੇ ਆਪ ਦੇ ਬਾਰੇ ਆਪਣੀ ਸੋਚ, ਆਪਣੇ ਆਪ ਨੂੰ ਵੱਖਰਾ ਅਤੇ ਵੱਡਾ ਸ਼ੋਅ ਕਰਨ ਦੀ ਸਾਡੀ ਪ੍ਰਵਿਰਤੀ, ਬਿਲਕੁਲ ਜੀ, ਉਹਨਾਂ ਦੇ ਉੱਤੇ ਰੋਕ ਲਾਉਣਾ ਜਿਹੜਾ ਹੈਗਾ ਨਾ, ਉਹ ਸਾਡੇ 'ਚ ਬਹੁਤ ਜ਼ਰੂਰੀ ਹੈ, ਕਿਉਂਕਿ ਇਹ 'ਚ ਬੰਦਾ ਮਾਰ ਖਾ ਜਾਂਦਾ। ਬਿਲਕੁਲ, ਜੇ ਫੋਰ ਐਗਜ਼ਾਮਪਲ ਮੈਂ ਲੈਕਚਰ ਕਰਨ ਜਾਂਦਾ ਜੀ, ਤਾਂ ਮੈਂ ਦੇਖਦਾ ਕਿ ਮੇਰੀ ਪਗੜੀ ਦੇ ਉੱਤੇ ਪੇਚ ਪੂਚ ਜੇ ਵਧੀਆ ਸੈੱਟ ਹੈਗਾ, ਸਾਰਾ ਸੈੱਟ ਹੈ, ਅਤੇ ਦੂਜਾ ਹੈਗਾ ਵੀ ਮੇਰਾ ਜਿਹੜਾ ਸੈੱਟ ਹੈ ਉਹ ਦੂਜਿਆਂ ਤੋਂ ਵੱਖਰਾ ਹੋਵੇ, ਤਾਂ ਕਿ ਮੈਂ ਲੀਡਰ ਲੱਗਾਂ ਅਤੇ ਮੈਂ ਭਾਸ਼ਣ ਕਰਨ ਵਾਲਾ ਉਪਦੇਸ਼ਕ ਲੱਗਾਂ। ਗੁਣ ਔਗਣ ਅਤੇ ਚੰਗੀਆਂ ਬੁਰੀਆਂ ਆਦਤਾਂ ਦੀ ਸੂਚੀ ਤਿਆਰ ਕਰੋ। ਇਹ ਜਿਹੜੇ ਹੈਗੇ ਨਾ ਸਹਿਜੇ ਸਹਿਜੇ ਵਾਲੀ ਜਿਹੜੀ ਆਪਣੀ ਗੱਲ ਆਉਂਦੀ ਹੈ, ਉਹ ਸਹਿਜੇ ਸਹਿਜੇ 'ਚ ਆਉਂਦੀ ਹੈ, ਅਤੇ ਸੂਚੀ ਤਿਆਰ ਕਰਨ ਦਾ ਮਤਲਬ ਇਹਦੇ 'ਚ ਇਹ ਹੈ ਕਿ ਇਹਨੂੰ ਕਹਿੰਦੇ ਆ ਸਿਮਰਨ ਕਰਨਾ। ਤੁਸੀਂ ਆਪਣੇ ਗੁਣ ਅਤੇ ਚੰਗੇ ਕੰਮ ਅਤੇ ਚੰਗੇ ਪੜ੍ਹਾਈ ਦੇ ਰਿਜ਼ਲਟ ਤੁਹਾਨੂੰ ਸਦਾ ਯਾਦ ਰਹਿੰਦੇ। ਬਿਲਕੁਲ, ਪਰ ਤੁਸੀਂ ਚੋਰੀ ਜਦੋਂ ਕੀਤੀ ਸੀ, ਜਦੋਂ ਤੁਸੀਂ ਕੋਈ ਠੱਗੀ ਮਾਰੀ ਸੀ, ਜਦੋਂ ਘਰਦਿਆਂ ਦੇ ਪੈਸੇ ਚੱਕ ਕੇ ਮਗਰੋਂ ਝੂਠ ਬੋਲਿਆ ਸੀ, ਹਾਂਜੀ, ਉਹ ਯਾਦ ਰਹਿੰਦਾ ਨਹੀਂ, ਭੁੱਲ ਜਾਂਦਾ ਬੰਦਾ ਜੀ। ਅਤੇ ਸੂਚੀ ਇਸ ਲਈ ਬਣਾਉਣੀ ਹੈ ਬਈ ਭਾਈ ਯਾਦ ਰਹੇ ਵੀ ਆਪਾਂ ਆਹ ਵੀ ਕੀਤਾ, ਤਾਂ ਕਿ ਆਪਾਂ ਸੱਚ ਤੱਕ ਆਪਣੇ ਆਪਣੇ ਸਵੈ ਦੇ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀਏ ਜੀ। ਸੋ ਡਾਕਟਰ ਸਾਹਿਬ, ਆਪਾਂ 11ਵੇਂ ਨੰਬਰ 'ਤੇ ਪਹੁੰਚੇ ਜੀ, ਇਹਦੇ ਵਿੱਚ ਤੁਸੀਂ ਲਿਖਿਆ ਹੈ ਜੀਵਨ ਦੁੱਖ ਸੁੱਖ ਦੀ ਖੇਡ ਹੈ। ਇਹ ਗੱਲ ਆਪਾਂ ਮੰਨਦੇ ਨਹੀਂ, ਆਪਾਂ ਕਹਿੰਦੇ ਹਾਂ ਜੀਵਨ ਸੁੱਖ ਦੀ ਖੇਡ ਹੋਣੀ ਚਾਹੀਦੀ ਹੈ, ਅਤੇ ਉਹ ਕਿਹਦੀ ਹੋਣੀ ਚਾਹੀਦੀ ਹੈ? ਮੇਰੀ। ਸਹੀ ਜੀ, ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਜੀਵਨ ਸੁੱਖ ਦੁੱਖ ਦੀ ਖੇਡ ਹੈ, ਅਤੇ ਜੇ ਮੈਨੂੰ ਥੋੜ੍ਹਾ ਜਿਹਾ ਦੁੱਖ ਹੋ ਜਾਵੇ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਮੇਰਾ ਗੁਆਂਢੀ ਸੁਖੀ ਰਹੇ। ਦੂਜੇ ਦੇ ਘਰ ਲੱਗੀ ਅੱਗ, ਅੱਗ ਲੱਗਦੀ ਹੈ ਕਿ ਬਸੰਤਰ? ਉਹ ਤਾਂ ਬਸੰਤਰ ਹੀ ਲੱਗਦੀ, ਘਰੇ ਲੱਗੀ ਅੱਗ ਦਾ ਪਤਾ ਲੱਗਦਾ। ਠੀਕ ਹੈ ਨਾ ਜੀ, ਬਿਲਕੁਲ ਜੀ। ਤਾਂ ਇਹਦੇ 'ਚ ਦੁਬਾਰਾ ਬੋਲੋ ਇਹਨੂੰ। ਹਾਂਜੀ, ਜੀਵਨ ਦੁੱਖ ਸੁੱਖ ਦੀ ਖੇਡ ਹੈ। ਹਾਂ, ਨਾਲ ਹੀ ਤੁਸੀਂ ਇੱਕ ਐਡ ਕੀਤੀ ਜੀ ਗੱਲ ਕਿ ਅਰਦਾਸਾਂ ਬੇਨਤੀਆਂ ਦਾ ਬੋਝਦਲਾਂ ਦਾ ਤਰਲਾ। ਰਾਈਟ ਰਾਈਟ, ਰੱਬ ਦੇ ਭਾਣੇ ਨੂੰ ਸਨਿਮਰ ਅਤੇ ਬਹਾਦਰ ਹੋ ਕੇ ਮੰਨੋ। ਅਕਲਾਂ ਅਤੇ ਤਾਕਤਾਂ ਵੀ ਤਾਂ ਰੱਬ ਦੀਆਂ ਹੀ ਦਾਤਾਂ ਨੇ, ਇਹਨਾਂ ਨੂੰ ਹਿੱਕ ਦੇ ਜ਼ੋਰ ਵਰਤੋ। ਹਾਂ, ਇਹ ਗੱਲ ਜਿਹੜੀ ਹੈਗੀ ਨਾ ਇਕੱਲੀ ਆਪਣੇ ਬਹੁਤ, ਹੁਣ ਬੋਲੋ ਅੱਧਾ ਅੱਧਾ ਹਿੱਸਾ ਬੋਲੋ। ਹਾਂਜੀ, ਅਰਦਾਸਾਂ ਬੇਨਤੀਆਂ ਤਾਂ ਪਹਿਲਾਂ ਸ਼ੁਰੂ। ਅੱਛਾ, ਜੀਵਨ ਦੁੱਖ ਸੁੱਖ ਦੀ ਖੇਡ ਹੈ। ਪਹਿਲੀ ਗੱਲ ਇਹ ਹੈ ਕਿ ਆਪਾਂ ਨੂੰ ਮੰਨਣਾ ਚਾਹੀਦਾ ਕਿ ਲਾਈਫ ਇਜ਼ ਸਟਰਗਲ ਜੀ। ਜੇ ਸਾਡੀ ਸਟਰਗਲ ਹੈ ਤਾਂ ਇਹਦੇ 'ਚ ਪ੍ਰੋਸ ਐਂਡ ਕੌਨਸ, ਐਬ ਐਂਡ ਟਾਈਡ, ਉਤਾਰ ਅਤੇ ਨਿਵਾਂ ਸਾਰੇ ਆਉਣੇ ਆ, ਅਤੇ ਉਸ ਨੂੰ ਇਵੇਂ ਮੰਨ ਲੈਣਾ ਚਾਹੀਦਾ ਕਿ ਜੇ ਸ਼ਾਮ ਹੋਈ ਹੈ ਤਾਂ ਸਵੇਰ ਹੋ ਗਈ। ਬਿਲਕੁਲ ਜੀ, ਠੀਕ ਹੈ। ਇਹ ਨਾ ਮੰਨੋ ਵੀ ਸ਼ਾਮ ਕਿਉਂ ਹੋ ਗਈ।
ਸਾਡੇ ਫਿਰ 70% ਦੁੱਖ ਸੁੱਖ ਤਾਂ ਬੈਸ ਹੀ ਸਿੱਧਰੇ ਪੁੱਧਰੇ ਹੋ ਜਾਂਦੇ ਆ, ਬੰਦਾ ਕਹਿੰਦੇ ਆਉਣਾ ਹੀ ਆ, ਅਪ ਡਾਊਨ ਚੱਲਦੀਆਂ ਨੇ ਲਾਈਫ ਦਾ ਸਾਈਕਲ ਆ, ਕਦੇ ਉੱਪਰ ਹੁੰਦੇ ਆ ਕਦੇ ਥੱਲੇ ਹੁੰਦੇ ਆ, ਸੋ ਇਹ ਤੇ ਦੁਖੀ ਹੋਣ ਦੀ ਖੁਸ਼ ਹੋਣ ਦੀ ਬਹੁਤੀ ਗੱਲ। ਤੁਸੀਂ ਅਧਿਆਤਮਿਕ ਤੌਰ ਦੇ ਉੱਤੇ ਜਾਗਰਤ ਹੋ ਜੀ ਤਾਂ ਤੁਹਾਨੂੰ ਇਹਨਾਂ ਦੇ ਵਿੱਚ ਤੁਹਾਡੇ ਅੰਦਰ ਨੂੰ ਹਿਲਣਾ ਨਹੀਂ ਚਾਹੀਦਾ। ਜਿਹੜਾ ਹਿਲ ਜਾਂਦਾ ਜ਼ਿਆਦਾ ਕੇਸਾਂ ਦੇ ਵਿੱਚ ਹਿਲ ਜਾਂਦਾ, ਦੁੱਖ ਹੁੰਦਾ ਤਾਂ ਅਸੀਂ ਕਰ ਲਾਂਗੇ। ਮੈਂ ਕੱਲ੍ਹ ਹੀ ਲੈਕਚਰ ਕਰਦਾ ਸੀ ਜੀ, ਉਹਦੇ 'ਚ ਇਹੀ ਗੱਲ ਸੀ ਬਈ ਜਦੋਂ ਤੁਹਾਡੇ ਕੋਲ ਬੰਦੇ ਆਉਂਦੇ ਆ ਤਾਂ ਉਹ ਤੁਹਾਡੇ ਕੋਲ ਕੁਛ ਸਿੱਖਣ ਵੀ ਆਉਂਦੇ ਆ, ਸਮਝਣ ਵੀ ਆਉਂਦੇ ਆ, ਬਿਲਕੁਲ, ਪਰ ਅੰਦਰ ਲਕੋਈ ਰੱਖਦੇ ਆ ਕਿ ਇਹ ਜਿਹੜਾ ਬੰਦਾ ਹੈਗਾ ਇਹਨੂੰ ਆਪਾਂ ਵਰਤੀਏ ਆਪਣੇ ਸੰਸਾਰਿਕ ਕੰਮਾਂ ਲਈ। ਬਿਲਕੁਲ ਜੀ, ਜਦੋਂ ਸੰਸਾਰਿਕ ਕੰਮਾਂ ਲਈ ਵਰਤਦੇ ਹਾਂ ਤਾਂ ਉਹਦੇ 'ਚ ਮੈਂ ਲਫ਼ਜ਼ ਯੂਜ਼ ਕਰਦਾ ਕਿ ਜਦੋਂ ਤੁਸੀਂ ਗੁਰੂ ਕੋਲ ਜਾਓ, ਭਾਂਡਾ ਖਾਲੀ ਕਰਕੇ ਲੈ ਕੇ ਜਾਓ ਅਤੇ ਗੁਰੂ ਸਾਰਾ ਭਰ ਦਿੰਦਾ। ਬਿਲਕੁਲ, ਪਰ ਜੇ ਤੁਸੀਂ ਉਹਦੇ ਸੰਸਾਰਿਕਤਾ ਦੀਆਂ ਇੱਟਾਂ ਵੱਟੇ ਜੇ ਪਾਏ ਹੋਣਗੇ ਤਾਂ ਗੁਰੂ ਤੋਂ ਕੁਛ ਨਹੀਂ ਮਿਲਣਾ, ਕੁਛ ਨਹੀਂ ਮਿਲਣਾ। ਬਿਲਕੁਲ ਜੀ, ਇਹ ਹੈਗਾ ਤਾਂ ਸੰਸਾਰਿਕਤਾ ਦਾ ਮਤਲਬ। ਹਾਂ ਜੀ, ਅਰਦਾਸਾਂ ਬੇਨਤੀਆਂ ਤਾਂ ਬੁਝਦਲਾਂ ਦਾ ਤਰਲ ਹੈ, ਇਹ ਗੱਲ ਜਿਹੜੀ ਹੈਗੀ ਬਹੁਤ ਵੱਡੀ ਸਮਝ ਵਾਲੀ ਗੱਲ ਹੈਗੀ। ਮੈਂ ਕਦੇ ਅਰਦਾਸ ਨਹੀਂ ਕੀਤੀ ਜੀ। ਅੱਛਾ ਜੀ, ਅਤੇ ਜਿਹੜੇ ਮੇਰੇ ਨਾਲ ਲੱਗਦੇ ਆ ਉਹਨਾਂ ਨੂੰ ਮੈਂ ਇਹ ਵੀ ਕਹਿਣਾ ਵੀ ਅਰਦਾਸ ਨਹੀਂ ਕਰਨੀ, ਅਤੇ ਮੈਂ ਇਹ ਕਹਿਣਾ ਵੀ ਅਰਦਾਸ ਕਿਉਂ ਨਹੀਂ ਕਰਨੀ। ਕਿਉਂ ਨਹੀਂ ਕਰਨੀ ਦਾ ਮਤਲਬ ਹੈਗਾ ਕਿ ਜੇ ਮੈਂ ਕਹਾਂ ਹੇ ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਦੁੱਖ ਦੇ ਵਿੱਚ ਪਾਇਆ, ਤੂੰ ਇਸ ਨੂੰ ਕੱਢ, ਮੈਨੂੰ ਇਹ 'ਚੋਂ ਕੱਢ ਦੇ, ਇਹਦਾ ਮਤਲਬ ਹੈ ਕਿ ਜਿਹੜਾ ਭਾਣਾ ਵਰਤ ਰਿਹਾ ਪਰਮਾਤਮਾ ਦਾ ਮੈਨੂੰ ਉਹਦੇ 'ਤੇ ਇਤਬਾਰ ਨਹੀਂ। ਮੈਂ ਕਹਿੰਦਾ ਦੇਖ ਵੀ ਰੱਬ ਸਿਆਂ, ਮੈਂ ਤੈਨੂੰ ਕਹਿੰਦਾ ਆਹ ਜਿਹੜਾ ਤੂੰ ਕਰਦਾ ਇਹ ਠੀਕ ਨਹੀਂ, ਇਹ ਠੀਕ ਨਹੀਂ, ਇਹ ਮੇਰੇ ਮੁਤਾਬਕ ਕਰ, ਹੁਣ ਮੇਰੇ ਮੁਤਾਬਕ ਕਰ, ਠੀਕ ਹੈ। ਰੱਬ ਦੇ ਭਾਣੇ ਨੂੰ ਸੁਨਿਮਰ ਅਤੇ ਬਹਾਦਰ ਹੋ ਕੇ ਮੰਨੋ, ਅਕਲਾਂ ਅਤੇ ਤਾਕਤਾਂ ਵੀ ਤਾਂ ਰੱਬ ਦੀਆਂ ਹੀ ਦਾਤਾਂ ਹਨ। ਇਹ ਜ਼ਿੰਦਗੀ ਦਾ ਸੱਚਾ ਪਾਠ ਹੈ ਜਿਹੜਾ ਹਰ ਟੀਚਰ ਨੂੰ ਆਪਣੇ ਸਟੂਡੈਂਟ ਨੂੰ ਦੇਣਾ ਚਾਹੀਦਾ। ਇਹਦੇ 'ਚ ਇਹ ਹੈਗਾ ਕਿ ਤੁਹਾਡੇ ਕੋਲ ਮੁਸ਼ਕਲ ਆ ਗਈ, ਤੁਸੀਂ ਮੁਸ਼ਕਲ ਇਹ ਮਾੜੀ ਹੋ ਗਈ, ਇਹ ਫਲਾਂ ਹੋ ਗਈ, ਫਲਾਂ ਹੋ ਗਈ, ਫਲਾਂ ਹੋ ਗਈ, ਇਹ ਸੋਚਦੇ ਹੋ, ਠੀਕ ਹੈ ਨੀ। ਇੱਕ ਨਾ ਅੱਗੇ ਵੀ ਮੇਰੇ ਘਰ ਸ਼ਾਇਦ ਇੱਕ ਨਾ ਸ਼ੇਅਰ ਹੈਗਾ ਕਿ ਤੁੰਦੀਏ ਵਾਦੇ ਮੁਖਾਲਿਫ ਸੇ ਨਾ ਘਬਰਾ ਹੈ ਉਕਾਬ, ਯੇ ਤੋ ਚਲਤੀ ਹੈ ਤੁਝੇ ਉੱਚਾ ਉਠਾਨੇ ਕੇ ਲੀਏ। ਜੇ ਮੁਸ਼ਕਲ ਆ ਗਈ, ਹਾਂਜੀ, ਜੇ ਵਿਰੋਧੀ ਹਵਾਵਾਂ ਦੀ ਤੇਜ਼ੀ ਜਿਹੜੀ ਹੈਗੀ ਜੀ, ਉਸ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ। ਜੇ ਮੁਸ਼ਕਲ ਆ ਗਈ ਤਾਂ ਉਸ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ। ਯੇ ਤੋ ਚਲਤੀ ਹੈ ਤੁਝੇ ਉੱਚਾ ਉਠਾਨੇ ਕੇ ਲੀਏ, ਵੀ ਜਦੋਂ ਤੂੰ ਮੁਸ਼ਕਲਾਂ ਦੇ ਵਿੱਚ ਕਰੇਜ ਦੇ ਨਾਲ ਫਾਈਟ ਕਰੇਗਾ ਤਾਂ ਇਹ ਉਸ ਦੇ ਨਾਲ ਤੂੰ ਉੱਪਰ ਉੱਠੇਗਾ, ਰਾਈਜ਼ ਟ੍ਰਾਂਸੈਂਡ ਕਰੇਗਾ। ਬੜੀਆਂ ਪਿਆਰੀਆਂ ਗੱਲਾਂ ਲਿਖੀਆਂ ਜੀ ਤੁਸੀਂ, ਲਿਖਿਆ ਕਿ ਹੱਥੀਂ ਦਿੱਤੀਆਂ ਦੰਦੀ ਖੋਲਣੀਆਂ ਸੂਰਮਿਆਂ ਨੂੰ ਸੁਭਾ ਨਹੀਂ ਦਿੰਦੀਆਂ, ਕਿ ਹੱਥੀਂ ਦਿੱਤੀਆਂ ਦੰਦੀ ਖੋਲਣੀਆਂ ਸੂਰਮਿਆਂ ਨੂੰ ਸੋਭਾ ਨਹੀਂ ਦਿੰਦੀਆਂ, ਹਿੱਕ ਦੇ ਜ਼ੋਰ ਨਾਲ ਹੀ ਕੰਮ ਨੇ ਜਿਹੜੇ ਸਿਰ ਚੜ੍ਹਦੇ ਆ। ਇਹਦੇ 'ਚ ਗੱਲ ਹੈਗੀ ਇਹ ਕਿ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਜੋ ਮੈਂ ਕੀਤੇ ਆ ਉਹਦੇ ਕੰਸੀਕੁਐਂਸਿਸ ਮੈਨੂੰ ਸਮਝਣੇ ਪੈਣਗੇ। ਜਦੋਂ ਆਪਾਂ ਕਰਦੇ ਹਾਂ ਤਾਂ ਅਸੀਂ ਉਹਨਾਂ ਕੰਸੀਕੁਐਂਸਿਸ ਦੇ ਬਾਰੇ 'ਚ ਨਹੀਂ ਜਾਂਦੇ, ਆਪਾਂ ਇਹ ਕਹਿੰਦੇ ਹਾਂ ਕਿ ਜੋ ਕੀਤੀਆਂ ਉਹਨੂੰ ਐਕਸੈਪਟ ਕਰੋ ਅਤੇ ਉਸ ਨੂੰ ਹਿੱਕ ਦੇ ਜ਼ੋਰ 'ਤੇ ਕਰੋ, ਕਿਉਂਕਿ ਹਿੱਕ ਦਾ ਜ਼ੋਰ ਵੀ ਜਿਹੜਾ ਹੈਗਾ ਉਹ ਬਖਸ਼ਿਸ਼, ਉਹਦਾ ਹੀ ਬਖਸ਼ਿਸ਼ ਕੀਤਾ ਹੋਇਆ ਜੀ ਇਹਦੇ। ਬਿਲਕੁਲ ਜੀ, ਗੁਰਬਾਣੀ ਵੀ ਇਹੀ ਕਹਿੰਦੀ ਹੈ ਜੀ, ਗੁਰਬਾਣੀ 'ਚ ਕਿਹਾ ਕਿ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੇਖੋ ਜੀ, ਗੱਲ ਆਪਾਂ ਇਹ ਕਹੀ, ਮੈਂ ਕਦੇ ਨਹੀਂ ਕਹਿੰਦਾ ਕਿ ਮੈਂ ਮੋਸਟ ਓਰੀਜਨਲ ਹਾਂ, ਮੈਂ ਕਹਿੰਦਾ ਕਿ ਮੇਰੀ ਬੁਨਿਆਦ ਅਤੇ ਮੇਰੀ ਜੜ ਜਿਹੜੀ ਹੈ ਇਹ ਮੇਰੇ ਬਾਬੇ ਨੇ। ਵਾਹ ਜੀ ਵਾਹ, ਬਾਬੇ ਮੈਨੇ ਐਲਡਰਸ, ਹਾਂਜੀ ਹਾਂਜੀ, ਜਿਹੜੇ ਸਾਡੇ ਪੈਗੰਬਰ ਹੋਏ ਨੇ। ਹਾਂਜੀ, 12ਵੇਂ ਪੁਆਇੰਟ 'ਤੇ ਪਹੁੰਚੇ ਜੀ ਅਸੀਂ, ਆਪਣੇ ਆਸ਼ਰਿਤਾਂ ਪ੍ਰਤੀ ਫਰਜ਼ਾਂ ਨੂੰ ਸ਼ਾਂਤੀ ਸਹਿਜ ਅਤੇ ਸੁਹਿਰਦਤਾ ਨਾਲ ਨਿਭਾਉਣਾ ਹੀ ਸਹਿਜ ਸਾਧਨਾ ਦਾ ਪਹਿਲਾ ਪੜਾਅ ਹੈ। ਵੰਡ ਖਾਏ ਖੰਡ ਖਾਏ, ਇਹਦਾ ਇਹ ਹੈ ਜੀ ਬਈ ਆਪਾਂ ਸਾਰੇ ਜਿਹੜੇ ਹੈਗੇ ਜੀ ਆਪਣਾ ਘਰ ਦੇ ਵਿੱਚ ਜਾਂ ਬਾਹਰ ਦੇ ਵਿੱਚ ਬਿਹੇਵੀਅਰ ਬਦਲਦਾ ਰਹਿੰਦਾ। ਜਿਵੇਂ ਤੁਹਾਡੇ ਕੈਨੇਡਾ 'ਚ ਲਈਏ ਜੀ, ਜੇ ਤੁਸੀਂ ਅਤੇ ਤੁਹਾਡੀ ਵਾਈਫ ਦੋਨੋਂ ਕੰਮ ਕਰਦੇ ਹੋ ਅਤੇ ਘਰ ਵਾਲੀ ਦੇ ਕੰਮ ਨੂੰ ਉਹਨੂੰ ਉਹਨਾਂ ਨੇ ਕਹਿਤਾ ਜਾ ਬਈ ਛੁੱਟੀ ਹੋ ਗਈ, ਛੁੱਟੀ ਹੋ ਗਈ, ਉਹ ਘਰ ਰਹਿਣ ਲੱਗੀ ਤਾਂ ਤੁਹਾਡੀ ਵਾਈਫ ਜਦੋਂ ਕੰਮ 'ਤੇ ਜਾਂਦੀ ਹੁੰਦੀ ਹੈ ਉਹ ਤੁਹਾਡੀ ਨਜ਼ਰ 'ਚ ਹੋਰ ਹੁੰਦੀ ਹੈ,
ਜਦੋਂ ਉਹਦਾ ਕੰਮ ਰੁਕ ਜਾਂਦਾ ਉਦੋਂ ਹੋਰ ਨਹੀਂ ਹੁੰਦੀ। ਬਿਲਕੁਲ ਬਿਲਕੁਲ ਫਰਕ ਪੈ ਜਾਂਦਾ। ਪਹਿਲਾਂ ਹੁੰਦਾ ਉਹ ਖੰਭ ਬਣਦੀ ਹੈ ਉਡਾਰੀ ਲਈ, ਯੈਸ, ਦੂਜੀ ਵਾਰ ਹੁੰਦਾ ਤੁਹਾਡੇ ਬੋਝ ਲੱਗਣ ਲੱਗ ਜਾਂਦਾ। ਬਿਲਕੁਲ ਠੀਕ ਹੈ ਜੀ। ਹਾਂਜੀ, ਅਤੇ ਇਹ ਗੱਲ ਜਿਹੜੀ ਹੈਗੀ ਇਹ ਰੱਬ ਦੇ ਬੰਦਿਆਂ ਨੂੰ ਸ਼ੋਭਾ ਨਹੀਂ ਦਿੰਦੀ। ਕੰਸੀਕੁਐਂਸਿਸ ਜਿੱਥੇ ਵੀ ਪੈਂਦੇ ਆ ਉਹਨਾਂ ਨੂੰ ਫੇਸ ਕਰਨਾ ਤੁਹਾਡੀ ਡਿਊਟੀ ਹੈ ਜੀ। ਇਸ ਨੂੰ ਆਪਣਾ ਧਾਰਮਿਕ ਫਰਜ਼ ਮੰਨ ਕੇ ਤੁਰਨਾ ਚਾਹੀਦਾ। ਠੀਕ ਹੈ ਜੀ। ਧਾਰਮਿਕ ਫਰਜ਼ਾਂ ਨੂੰ ਸ਼ਾਂਤੀ, ਸਹਿਜ ਅਤੇ ਸੁਹਿਰਦਤਾ ਨਾਲ ਨਿਭਾਉਣਾ ਹੀ ਸਹਿਜ ਸਾਧਨਾ ਦਾ ਪਹਿਲਾ ਪੜਾਅ ਹੈ। ਵੰਡ ਖਾਏ ਸੋ ਖੰਡ ਖਾਏ, ਸੋ ਉਹੀ ਜਿਹੜੇ ਵੰਡ ਛਕਣ ਦੀ ਗੱਲ ਆਪਾਂ ਬਾਬੇ ਨਾਨਕ ਤੋਂ ਚੱਲੀ ਆਉਂਦੀ ਹੈ ਜੀ, ਉਹਦੇ ਵਿੱਚ ਹੈ। ਹੁਣ ਪਰ ਸਾਹਿਬ ਆਪਣੇ ਕੋਲ ਥੋੜ੍ਹਾ ਜਿਹਾ ਸਮਾਂ, ਬਾਕੀ ਦੇ ਨੂੰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਵਿਚਾਰਾਂਗੇ। ਸੋ ਇਹਦੇ ਵਿੱਚ ਮੈਨੂੰ ਨਾਲ ਦੀ ਨਾਲ ਇੱਕ ਦੱਸਿਓ, ਕਈ ਵਾਰੀ ਸਾਨੂੰ ਫੋਨ ਆਉਂਦੇ ਆ, ਉਹ ਕਹਿੰਦੇ ਜੀ ਡਾਕਟਰ ਸਾਹਿਬ ਤੱਕ ਪਹੁੰਚ ਕਿਵੇਂ ਹੋ ਸਕਦੀ ਆ, ਫੋਨ ਜਾਂ ਕੋਈ ਈਮੇਲ ਜਾਂ ਤੁਹਾਡੀ ਕੋਈ ਵੈਬਸਾਈਟ ਕਿੱਦਾਂ ਮਿਲਿਆ ਜਾ ਸਕਦਾ? ਸਭ ਤੋਂ ਵਧੀਆ ਗੱਲ ਤਾਂ ਇਹ ਹੈ ਜੀ ਵੀ ਵੈਬਸਾਈਟ ਜਿਹੜੇ ਦਰਸ਼ਕ ਨੇ ਨੋਟ ਹੀ ਕਰ ਲੈਣ। ਠੀਕ ਹੈ ਜੀ। ਉਹ ਹੈਗਾ ਸਹਿਜ ਧਾਰਾ ਜੀ ਸਤਸੰਗ ਡੋਟ ਕੌਮ। ਠੀਕ ਹੈ, ਸਹਿਜ ਧਾਰਾ ਸਤਸੰਗ ਡੋਟ ਕੌਮ। ਇਹਦੇ 'ਤੇ ਲੋੜ ਜਿੰਨਾ ਮਿਲਦਾ ਮਟੀਰੀਅਲ ਤੁਹਾਡੇ ਨੰਬਰ ਵੀ ਇਹਦੇ 'ਤੇ ਹੋਣਗੇ, ਐਡਰੈਸਿਸ ਵੀ ਉਹਦੇ 'ਤੇ ਹੈਗੇ। ਠੀਕ ਹੈ ਜੀ। ਅਤੇ ਇਸ ਤੋਂ ਬਗੈਰ ਜੇ ਇਹਨਾਂ ਨੂੰ ਕੋਂਟੈਕਟ ਕਰੋਗੇ ਜੀ ਤਾਂ ਜਿਹੜੀਆਂ ਲੈਕਚਰਸ ਦੀਆਂ ਸੀ ਡੀਜ਼ ਜਾਂ ਡੀ ਵੀ ਡੀਜ਼ ਹੈਗੀਆਂ ਉਹ ਵੀ ਤੁਹਾਨੂੰ ਮਿਲਣਗੀਆਂ। ਠੀਕ ਹੈ ਜੀ। ਅਤੇ ਇਹਦੇ ਵਿੱਚ ਵੀ ਆਪਣਾ ਕੰਮ ਜਿਹੜਾ ਹੈਗਾ ਨਾ ਤਾਂ ਉਹ ਕਿਹੜਾ ਜੋਗੀ ਹਰਭਜਨ ਸਿੰਘ ਜੋਗੀ ਹਰਭਜਨ ਸਿੰਘ ਅਤੇ ਨਾ ਰਜਨੀਸ਼ ਵਾਲਾ। ਠੀਕ ਹੈ ਜੀ। ਉਹਦੀ ਮਾਇਕ ਨਹੀਂ ਹੈ ਕੋਈ ਗੂਗਲ। ਠੀਕ ਹੈ ਜੀ। ਪੈਸਾ ਸਾਡੇ 'ਚ ਪਲੇ ਨਹੀਂ ਕਰਦਾ। ਠੀਕ ਹੈ ਜੀ। ਉਹਦੇ 'ਚ ਹੈਗਾ ਵੀ ਤੁਸੀਂ ਉਸ ਨੂੰ ਕਰਕੇ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਸਮਝਣ ਦੀ ਕੋਸ਼ਿਸ਼ ਕਰੋ। ਡਾਕਟਰ ਸਾਹਿਬ ਬਿਨਾਂ ਪੈਸੇ ਤੋਂ ਕਿਵੇਂ ਚੱਲਦਾ ਕੰਮ ਜੀ? ਕਿਉਂਕਿ ਹੁਣ ਇੱਥੇ ਤੁਸੀਂ ਕੋਈ ਥਾਂ ਵੀ ਮੁਕਰਰ ਕਰਨਾ, ਇੱਥੇ ਸੰਸੰਗ ਹੋਏਗਾ, ਉੱਥੇ ਲਈ ਸੁਵਿਧਾ, ਕੋਈ ਸਾਊਂਡ ਸਿਸਟਮ, ਸਾਰਾ ਕੁਛ ਚਾਹੀਦਾ। ਉਹਦੇ 'ਚ ਇਹ ਹੈ ਜੀ ਵੀ ਜਿਹੜਾ ਹੈਗਾ ਸਾਡਾ ਸਟੂਡੈਂਟ ਜੀ ਉਹ ਇੰਨਾ ਕੁ ਆਪਣੇ ਆਪ ਨੂੰ ਸਮਝਦਾ ਬਈ ਇਹ ਕੁਛ ਇਸ ਤਰ੍ਹਾਂ ਚੱਲਦਾ। ਠੀਕ ਹੈ ਜੀ। ਕਿਸੇ ਇੱਕ ਬੰਦੇ ਦੇ ਸਿਰ ਦੇ ਉੱਤੇ ਅਸੀਂ ਕੋਈ ਕੰਮ ਨਹੀਂ ਛੱਡਦੇ। ਠੀਕ ਹੈ। ਕਿਉਂਕਿ ਜੇ ਇੱਕ ਤੇ ਕੰਮ ਛੱਡਤਾ ਉਹ ਅਹੰਕਾਰੀ ਹੋ ਜੂ। ਬਿਲਕੁਲ ਬਿਲਕੁਲ। ਉਹ ਲੀਡਰ ਬਣ ਨੂੰ ਫਿਰੂ ਜੀ। ਇਸ ਲਈ ਤਿਲ ਫੁੱਲ ਜਿਹੜਾ ਹੈਗਾ ਉਹ ਇਕੱਠਾ ਹੋ ਜਾਂਦਾ ਜੀ। ਅਤੇ ਸਾਡੇ ਦੋ ਵੱਡੇ ਪ੍ਰੋਗਰਾਮ ਹੁੰਦੇ ਆ। ਅੱਛਾ ਜੀ। ਇੱਕ ਤਾਂ ਨਿਊ ਈਅਰ ਡੇ 'ਤੇ। ਅੱਛਾ। ਇੱਕ 7 ਜੁਲਾਈ ਨੂੰ। ਅੱਛਾ ਜੀ। ਉਹ ਹਰ ਜਗ੍ਹਾ ਦੇ ਉੱਤੇ ਇਕੱਠ ਹੁੰਦਾ। ਠੀਕ ਹੈ ਜੀ। ਉੱਥੇ ਵਿਚਾਰ ਲੈਂਦੇ ਆ ਅਤੇ ਉੱਥੇ ਇਹ ਫੈਸਲਾ ਹੋ ਜਾਂਦਾ ਵੀ ਆਪਣੀ ਕਿੰਨੀ ਕੁ ਲੋੜ ਰਹੀ ਹੈ, ਕਿੰਨਾ ਕੁ ਹਿਸਾਬ ਕਿਤਾਬ 'ਚ ਰਿਹਾ, ਉਸ ਤਰ੍ਹਾਂ ਸਾਰਾ ਚੱਲਦਾ ਰਹਿੰਦਾ। ਫਿਰ ਨਾਲ ਦੀ ਨਾਲ ਮੈਂ ਦੇਖਦਾ ਸੀ ਜੀ ਕਿ ਤੁਹਾਡੇ ਜਿਹੜੇ ਵਿਦਿਆਰਥੀ ਨੇ ਉਹ ਵੀ ਲਿਖ ਲਿਖਦੇ ਆ, ਉਹਨਾਂ ਦੀਆਂ ਵੀ ਕਿਤਾਬਾਂ ਨੇ। ਇੱਕ ਭੈਣ ਜੀ ਇੰਡੀਆ ਤੋਂ, ਮੈਨੂੰ ਹੁਣ ਨਾਂ ਨਹੀਂ ਯਾਦ ਹੈਗਾ। ਹਾਂ, ਇੱਕ ਕੈਨੇਡਾ ਤੋਂ ਵੀ। ਹਾਂਜੀ ਹਾਂਜੀ, ਟੋਰਾਂਟੋ ਤੋਂ। ਸੋ ਉਹ ਆਪਣੇ ਤੌਰ 'ਤੇ ਰਿਸਰਚ 'ਚ ਲੱਗੇ ਹੋਏ ਨੇ। ਉਹਦਾ ਇਹ ਹੈਗਾ ਜੀ ਵੀ ਜਿਹੜੀਆਂ ਸਾਡੀਆਂ ਸੀ ਡੀਜ਼ ਜਾਂ ਡੀ ਵੀ ਡੀਜ਼ ਨੇ ਉਹ 100 ਦੀ ਗਿਣਤੀ 'ਚ ਨੇ। ਅੱਛਾ ਜੀ। ਉਹਦੇ 'ਚ ਉਹ ਫਿਰ ਲੈ ਲੈਂਦੇ ਕਿ ਉਹ ਮੈਂ ਬੰਦਾ ਇੰਨੇ ਤੋਂ ਇੰਨੇ 'ਤੇ ਕੰਮ ਕਰਦਾ। ਅੱਛਾ ਜੀ। ਉਹਨਾਂ ਨੇ ਉਹਦੇ 'ਚੋਂ ਕੱਢ ਕੇ ਚੀਜ਼ਾਂ ਉਹਨੇ ਉੱਤੇ ਕਿਤਾਬ ਲਿਖ ਦੇਣੀ ਹੈ। ਉਹ ਠੀਕ ਹੈ। ਇੱਕ ਹੈਗਾ ਕਿ ਪੂਰੇ ਵਿਊ ਦੇ ਬਾਰੇ 'ਚ ਵੀ ਮੈਂ ਕਿਵੇਂ ਸਮਝਦਾ। ਅੱਛਾ ਜੀ। ਹੁਣ ਨਵੀਂ ਕਿਤਾਬ ਆ ਰਹੀ ਹੈ ਜਿਹੜੀਆਂ ਆਪ ਬੀਤੀਆਂ। ਅੱਛਾ। ਐਕਸਪੀਰੀਅੰਸਿਸ ਲੋਕਾਂ ਦੇ, ਹਾਂਜੀ, ਉਹ ਆਪਣੇ ਆਪ ਆਉਂਦੇ ਆ। ਠੀਕ ਹੈ ਜੀ। ਅਤੇ ਸਾਡਾ ਪ੍ਰਿੰਟਿੰਗ ਦਾ ਜਲੰਧਰ ਹੈਗਾ। ਅੱਛਾ। ਆਪਣਾ ਮੁੰਡਾ ਦਵਿੰਦਰ ਹੈਗਾ। ਠੀਕ ਹੈ ਜੀ। ਉਹ ਇਸ ਕੰਮ 'ਤੇ ਲੱਗਿਆ ਹੋਇਆ। ਠੀਕ ਹੈ ਜੀ। ਅਤੇ ਉਹਨੇ ਉੱਥੋਂ ਹੀ ਸਾਰੀ ਪ੍ਰਿੰਟਿੰਗ ਕਰਾਉਣੀ ਹੈ। ਅੱਛਾ। ਅਤੇ ਆਪ ਕੰਮ ਬਹੁਤ ਕਰ ਲੈਂਦੇ ਸਾਰੇ। ਠੀਕ ਹੈ ਜੀ। ਕਿਉਂਕਿ ਇਹਦਾ ਸਾਰਾ ਤਿਆਰ ਕਰਨਾ ਕਈ ਸਾਰੇ ਕਾਫੀ ਕੁਛ ਕੰਮ ਸੰਸਦ ਬੰਦੇ ਨੇ ਜੀ। ਤੁਸੀਂ ਸਟੂਡੀਓ 'ਚ ਐਡਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਫਿਰ ਵੀ ਆ ਕੇ ਆਪਣੇ ਰਹਿੰਦੇ ਪੁਆਇੰਟ ਅਗਲੇ ਕਿਸੇ ਪ੍ਰੋਗਰਾਮ 'ਚ ਜ਼ਰੂਰ ਪੂਰੇ ਕਰਿਓ। ਅਤੇ ਦਰਸ਼ਕਾਂ ਲਈ ਵੀ ਅੱਜ ਇੰਨਾ ਹੀ ਸਮਾਂ ਸੀਗਾ ਜੀ, ਅੱਜ ਦੇ ਸਮੇਂ ਦੇ ਵਿੱਚ ਅਸੀਂ ਜਿੰਨੀ ਗੱਲਬਾਤ ਕਰ ਸਕਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੇ ਪੁਆਇੰਟ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਕਿ ਤੁਹਾਨੂੰ ਸਹਿਜ ਧਾਰਾ ਸਪਿਰਚੁਅਲ ਮਿਸ਼ਨ ਦੀ ਸਾਰੀ ਜਾਣਕਾਰੀ ਮਿਲ ਸਕੇ। ਅਤੇ ਤੁਸੀਂ ਵੀ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ, ਸਮਾਜ ਨੂੰ ਅਰੋਗ ਸਮਾਜ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਯੋਗਦਾਨ ਪਾ ਸਕਦੇ ਹੋ, ਜੁਆਇਨ ਕਰ ਸਕਦੇ ਹੋ। ਸਕਰੀਨ 'ਤੇ ਆ ਰਹੇ ਨੰਬਰ, ਇਹਨਾਂ ਦੀ ਵੈਬਸਾਈਟ ਆ ਰਹੀ ਆ, ਇਹ 'ਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।